ਪਸ਼ੂ ਨਗ ਨਾਗ ਨਰਾਦਪ ਸਰਬ ਸਮੈ ਸਭ ਕੋ ਪ੍ਰਤਪਾਰ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੀ ਨਹੀਂ ਕਰਮ ਵਿਚਾਰ ਦੇਖਤ ਹੈ ਪਰ ਦੇਤ ਨਾ ਹਾਰੈ ਸੁਖ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਾਮਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਉ
ਬਲ ਬਲ ਜਾਉ ਰਮਈਆ ਕਾਰਨੇ, ਕਾਰਨ ਕਵਨ ਅਬੋਲ ਰਹਾਉ। ਬਹੁਤ ਜਨਮ ਬਿਛੁਰੇ ਥੇ ਮਾਧਵ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਬਹੁਤ ਜਨਮ ਬਿਛੁਰੇ ਥੇ ਮਾਧਵ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ, ਕਰੁਣਾ ਨਿਧਾਨ ਜੁਗੋ ਜੁਗ ਅਟਲ, ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਧੰਨਤਾ ਦੇ ਯੋਗ ਹੋ ਜੋ ਆਪ ਜੀ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਹਾਨ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਹਾਜ਼ਰੀਆਂ ਭਰ ਰਹੇ ਹੋ। ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਮਹਾਨ ਸ਼੍ਰੋਮਣੀ ਭਗਤ ਬਾਬਾ ਰਵਿਦਾਸ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਭਗਤ ਭਗਤ ਜਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢੇ ਰਾਹ ਵਿੱਚ, ਕੁੱਲਾ ਢੋਰ ਢੋਏ ਢੋਰ ਸਮੇਤਾ, ਜਿਉਂ ਕਰ ਮੈਲੇ ਚੀਥੜੇ, ਹੀਰਾ ਲਾਲ ਅਮੋਲ ਪਲੇਟਾ, ਚੌਂ ਵਰਨਾ ਉਪਦੇਸ਼ ਦਾ, ਗਿਆਨ ਧਿਆਨ ਦੇ ਭਗਤ ਸਹੇਟਾ। ਅਖੀਰ ਦੇ ਵਿੱਚ ਫਰਮਾਇਆ, ਭਗਤ ਜਨਾ ਹਰ ਮਾਂ ਪਿਓ ਬੇਟਾ। ਐਸੇ ਮਹਾਨ ਸ਼੍ਰੋਮਣੀ ਭਗਤ ਬਾਬਾ ਰਵਿਦਾਸ ਜੀ ਦਾ ਜਨਮ ਬਨਾਰਸ ਦੀ ਧਰਤੀ ਦੇ ਉੱਪਰ ਹੋਣਾ ਕੀਤਾ, ਕਾਂਸ਼ੀ ਦੀ ਧਰਤੀ ਉੱਪਰ, ਜਿੱਥੇ ਕਿ
ਉੱਚ ਜਾਤੀ ਵਾਲੇ ਬ੍ਰਾਹਮਣਾਂ ਦਾ ਬਹੁਤ ਭਾਰੀ ਗੜ ਸੀ। ਉਹ ਸਮਝਦੇ ਸਨ ਕਿ ਬੰਦਗੀ ਕਰਨੀ, ਭਗਤੀ ਕਰਨੀ, ਇਹ ਸਾਡਾ ਹੀ ਅਧਿਕਾਰ ਹੈ, ਸਾਡਾ ਹੀ ਹੱਕ ਹੈ। ਜਦਕਿ ਗੁਰਮਤਿ ਦੇ ਅਨੁਸਾਰ ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਦਰਸਾਇਆ ਹੈ, ਬੀਜ ਮੰਤਰ ਸਰਬ ਕੋ ਗਿਆਨ, ਚਉ ਵਰਨਾ ਮੈਂ ਜਪੇ ਕੋ ਨਾਮ। ਕੋਈ ਵੀ ਪਰਮੇਸ਼ਰ ਦਾ ਭਜਨ ਕਰਦਾ ਹੈ, ਨਾਮ ਜਪਦਾ ਹੈ, ਉਸ ਦੀ ਕਲਿਆਣ ਹੋ ਜਾਂਦੀ ਹੈ, ਉਹ ਮਹਾਨ ਹੋ ਜਾਂਦਾ ਹੈ। ਸਾਖੀ ਪ੍ਰਮਾਣ ਦੇ ਵਿੱਚ ਗੁਰਮੁਖਾਂ ਨੇ ਦਰਸਾਇਆ ਹੈ ਕਿ ਕਿਸ ਤਰ੍ਹਾਂ ਉਹ ਐਸੇ ਜਿਹੜੇ ਉੱਚ ਜਾਤੀ ਵਾਲੇ ਬ੍ਰਾਹਮਣ ਸਨ, ਸਮੇਂ ਦੀ ਹਕੂਮਤ ਦੇ ਪਾਸ ਜਾ ਕੇ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਆਦਿਕ ਵੀ ਕੀਤੀਆਂ। ਹਾਕਮ ਨੇ ਪਰਖਣ ਵਾਸਤੇ ਕੁਝ ਮੂਰਤੀਆਂ ਗੰਗਾ ਦੇ ਪਾਰ ਰੱਖ ਦਿੱਤੀਆਂ। ਆਖਣ ਲੱਗੇ, ਜੇਕਰ ਤੁਸੀਂ ਭਗਵਾਨ ਨੂੰ ਮੰਨਦੇ ਹੋ, ਉਹਨਾਂ ਨੂੰ ਬੁਲਾ ਕੇ ਦੱਸੋ। ਜੇਕਰ ਬਾਬਾ ਰਵਿਦਾਸ ਜੀ ਮੰਨਦੇ ਹਨ ਤਾਂ ਇਹ ਬੁਲਾ ਕੇ ਦੱਸਣ। ਔਰ ਕਹਿੰਦੇ ਉਸ ਸਮੇਂ ਫਿਰ ਜੋ ਪੰਡਿਤ ਸਨ, ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ, ਬੜਾ ਜ਼ੋਰ ਲਗਾਇਆ, ਨਾ ਉਹਨਾਂ ਦੇ ਪਾਸ ਆਈਆਂ, ਨਾ ਉਹਨਾਂ ਦੇ ਨਾਲ ਉਹ ਬੁਲਾ ਹੀ ਸਕੇ। ਬਾਬਾ ਰਵਿਦਾਸ ਜੀ ਨੇ ਕਹਿੰਦੇ ਵੀ ਉਸ ਸਮੇਂ ਇਹ ਜੋ ਸ਼ਬਦ ਹਨ ਉਚਾਰਨ ਕੀਤੇ ਹਨ, ਇਹ ਸ਼ਬਦ ਦੀ ਉਥਾਨਕਾ ਹੈ ਮੂਲ ਰੂਪ ਦੇ ਵਿੱਚ। ਔਰ ਸਾਧ ਸੰਗਤ ਜੀ, ਇਸ ਦੇ ਨਾਲ ਹੀ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਵੀ ਬਚਨ ਆਉਂਦੇ ਹਨ ਜੋ ਪੂਰੇ ਮੇਲ ਖਾਂਦੇ ਹਨ। ਤੋਸੋ ਨਾ ਨਾਥ ਅਨਾਥ ਨਾ ਮੋਸਰ, ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ। ਭਾਵ ਪ੍ਰਭੂ ਦੀ ਸ਼ਰਨ ਦੇ ਵਿੱਚ ਪਏ ਰਹਿਣਾ ਚਾਹੀਦਾ ਹੈ, ਆਪਣੇ ਔਗੁਣਾਂ ਦਾ ਚਿੰਤਨ ਕਰਨਾ ਚਾਹੀਦਾ ਹੈ, ਪ੍ਰਭੂ ਦੇ ਗੁਣਾਂ ਦਾ ਚਿੰਤਨ ਕਰਨਾ ਚਾਹੀਦਾ ਹੈ, ਗੁਣਗਾਨ ਕਰਨਾ ਚਾਹੀਦਾ ਹੈ। ਮਨੁੱਖ ਦੇ ਅੰਦਰ ਕਿਤਨੇ ਕੁ ਔਗੁਣ ਹਨ ਜਿਨ੍ਹਾਂ ਦੀ ਕੋਈ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ ਹੈ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਮਨੁੱਖ ਔਗਣਾਂ ਦਾ ਸਾਗਰ ਹੈ, ਪ੍ਰਭੂ ਗੁਣਾਂ ਦਾ ਸਾਗਰ ਹੈ। ਇਸ ਤਰ੍ਹਾਂ ਸਮਰਪਣ ਭਾਵਨਾ ਕੀਤੀ ਜਾਵੇ, ਪੂਰਾ ਪ੍ਰਭੂ ਦੇ ਅੱਗੇ ਝੁਕ ਜਾਇਆ ਜਾਵੇ, ਫਿਰ ਪ੍ਰਭੂ ਗਲ ਦੇ ਨਾਲ ਲਾ ਲੈਂਦਾ ਹੈ। ਐਸੇ ਨਿੱਜੀ ਅਨੁਭਵ, ਐਸੇ ਜਿਹੜੀਆਂ ਮਹਾਨ ਸਿੱਖਿਆਵਾਂ ਹਨ ਭਗਤ ਸਾਹਿਬਾਨਾਂ ਨੇ ਸਾਡੀ ਝੋਲੀ ਦੇ ਵਿੱਚ ਪਾਈਆਂ ਹਨ,
ਹੇ ਪ੍ਰਭੂ, ਤੁਹਾਡੇ ਵਰਗਾ ਕੋਈ ਨਾਥ ਨਹੀਂ ਹੈ, ਮਾਲਕ ਨਹੀਂ ਹੈ, ਸਾਡੇ ਵਰਗਾ ਕੋਈ ਅਨਾਥ ਨਿਮਾਣਾ ਗਰੀਬ ਨਹੀਂ ਹੈ, ਅਸੀਂ ਗੁਣਾ ਕਰਕੇ ਬਹੁਤ ਗਰੀਬ ਹਾਂ। ਤੁਹਾਡੇ ਵਰਗਾ ਕੋਈ ਦਾਨੀ ਨਹੀਂ ਹੈ, ਸਾਡੇ ਵਰਗਾ ਕੋਈ ਭਿਖਾਰੀ ਨਹੀਂ ਹੈ, ਭਾਵੇਂ ਜਿੱਡਾ ਮਰਜ਼ੀ ਕੋਈ ਧਨਵਾਨ ਹੋਵੇ, ਪ੍ਰਭੂ ਦੇ ਸਾਹਮਣੇ, ਗੁਰੂ ਦੇ ਸਾਹਮਣੇ ਤਾਂ ਉਹਦੀ ਹਾਲਤ ਭਿਖਾਰੀ ਦੀ ਤਰ੍ਹਾਂ ਹੀ ਹੈ, ਭਿਖਾਰੀ ਹੀ ਹੈ। ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ, ਮੋਸੋ ਨਾ ਦੀਨ ਦਿਆਲ ਨਾ ਤੋਸਰ, ਮੋਸੋ ਅਬਚਾਰੀ ਨਾ ਤੋਸੋ ਵਿਚਾਰੀ। ਮੇਰੇ ਵਰਗਾ ਕੋਈ ਦੀਨ ਨਹੀਂ, ਤੁਹਾਡੇ ਵਰਗਾ ਦੀਨਾਂ ਦੇ ਉੱਪਰ ਕੋਈ ਦਇਆ ਕਰਨ ਵਾਲਾ ਨਹੀਂ ਹੈ, ਮੇਰੇ ਵਰਗਾ ਕੋਈ ਗਿਆਨਹੀਨ ਨਹੀਂ ਹੈ, ਤੁਹਾਡੇ ਵਰਗਾ ਕੋਈ ਵਿਚਾਰਵਾਨ ਨਹੀਂ ਹੈ। ਮੋਸੋ ਨਾ ਪਤਤ ਨਾ ਪਾਵਨ ਤੋਸਰ, ਮੋਸੋ ਬਿਕਾਰੀ ਨਾ ਤੋਸੋ ਉਪਕਾਰੀ। ਮੇਰੇ ਵਰਗਾ ਕੋਈ ਵਿਕਾਰੀ ਨਹੀਂ ਹੈ, ਤੁਹਾਡੇ ਵਰਗਾ ਕੋਈ ਪਤਤਾਂ ਨੂੰ ਪਾਵਨ ਕਰਨ ਵਾਲਾ ਨਹੀਂ ਹੈ। ਕਹਿੰਦੇ ਇਸ ਢੰਗ ਦੇ ਨਾਲ ਬੇਨਤੀ ਕਰਨੀ ਚਾਹੀਦੀ ਹੈ, ਹੈ ਵੀ ਸੱਚਾਈ ਹੈ। ਮੇਰੇ ਹੈ ਔਗੁਣ ਤੋਂ ਗੁਣ ਸਾਗਰ, ਜਾਤ ਰਸਾਤਲ ਓਟ ਤਿਹਾਰੀ। ਇਹ ਮੇਰੇ ਔਗਣ ਹਨ, ਤੁਸੀਂ ਗੁਣਾਂ ਦੇ ਸਾਗਰ ਹੋ, ਮੈਂ ਰਸਾਤਲ ਦੇ ਵਿੱਚ, ਨਿਵਾਣ ਦੇ ਵਿੱਚ ਡਿੱਗਦਾ ਜਾ ਰਿਹਾ ਹਾਂ, ਤੁਸੀਂ ਕਿਰਪਾ ਕਰਕੇ ਮੈਨੂੰ ਉੱਪਰ ਚੁੱਕੋ, ਕਿਰਪਾ ਕਰਕੇ ਆਪਣੇ ਗਲ ਦੇ ਨਾਲ ਲਾਓ। ਇਤਿਹਾਸ ਦੇ ਅੰਦਰ ਸਾਧ ਸੰਗਤ ਜੀ ਜ਼ਿਕਰ ਆਉਂਦਾ ਹੈ, ਧੰਨ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਦੌਰਾਨ ਗੁਰਸਿੱਖ ਆਪਸ ਦੇ ਵਿੱਚ ਇਸੇ ਤਰ੍ਹਾਂ ਹੀ ਵਿਚਾਰਾਂ ਕਰ ਰਹੇ ਸਨ ਵੀ ਗੁਰੂ ਦੇ ਅੱਗੇ ਝੁੱਕ ਹੀ ਰਹਿਣਾ ਚਾਹੀਦਾ ਹੈ, ਗੁਰੂ ਦੀ ਸੋਭਾ ਕਰਨੀ ਚਾਹੀਦੀ ਹੈ, ਆਪਣੇ ਔਗਣਾਂ ਦੀ ਗੱਲ ਕਰਨੀ ਚਾਹੀਦੀ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਆਖਣ ਲੱਗੇ, ਨਹੀਂ ਐਸਾ ਨਹੀਂ ਹੈ, ਜੇਕਰ ਗੁਰੂ ਪਰਚਾ ਪਾਵੇ, ਗੁਰੂ ਪ੍ਰੀਖਿਆ ਲਵੇ, ਸਿੱਖ ਨੂੰ ਕਾਇਮ ਰਹਿਣਾ ਚਾਹੀਦਾ ਹੈ, ਉਹ ਪਰਚਾ ਹੱਲ ਕਰਨਾ ਚਾਹੀਦਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਇਹ ਜੋ ਅੱਜ ਦੇ ਪਾਵਨ ਹੁਕਮਨਾਮੇ ਦੇ ਵਿੱਚ ਪੰਕਤੀ ਦੇ ਵਿੱਚ ਸ਼ਬਦ ਆਇਆ ਹੈ ਨਾ, ਅਬ ਪਤਿਆਰ ਕਿਆ ਕੀਜੈ, ਇਹ ਪਤਿਆਰ ਸ਼ਬਦ ਧਿਆਨ ਗੋਚਰਾ ਹੈ, ਧਿਆਨ ਮੰਗਦਾ ਹੈ, ਇਹਦਾ ਭਾਵ ਹੈ ਕਰੜਾ ਪਰਚਾ, ਜਾਂ ਇੰਝ ਕਹਿ ਲਈਏ ਅਡਾਉਣੀ ਵਾਲਾ ਪਰਚਾ। ਇੱਕ ਸਧਾਰਨ ਪਰਚਾ ਹੁੰਦਾ ਹੈ, ਜਿਹੜੀ ਜਿਸਨੇ ਪੜ੍ਹਾਈ ਕੀਤੀ ਹੈ ਉਹ ਹੱਲ ਕਰ ਦਿੰਦਾ ਹੈ, ਪਰ ਇੱਕ ਵੱਡੇ ਫਿਰ ਅਡਾਉਣੀ ਵਾਲਾ ਪਰਚਾ ਪਾਇਆ ਕਰਦੇ ਹਨ। ਸਾਧ ਸੰਗਤ ਜੀ, ਉਹ ਅਡਾਉਣੀ ਵਾਲਾ ਪਰਚਾ ਜਿਹੜਾ ਹੈ ਨਾ, ਹਰ ਇੱਕ ਨਹੀਂ ਹੱਲ ਕਰ ਸਕਦਾ ਹੈ, ਉਹਦੇ ਵਿੱਚ ਫਿਰ ਬੰਦਾ ਫੇਲ ਹੋ ਜਾਂਦਾ ਹੈ। ਇਸ ਕਰਕੇ ਇਹੀ ਬੇਨਤੀ ਕਰਦੇ ਰਹਿਣਾ ਚਾਹੀਦਾ ਹੈ, ਮਾਲਕ ਸਾਡੇ ਨਾਲ ਕਿਧਰੇ ਅਡਾਉਣੀ ਵਾਲਾ ਪਰਚਾ ਨਾ ਪਾਇਓ।
ਉਹ ਨਹੀਂ ਸਾਡੇ ਕੋਲੋਂ ਪਾਸ ਹੋਵੇਗਾ। ਭਾਈ ਗੁਰਦਾਸ ਸਾਹਿਬ ਜੀ ਨੇ ਕਿਧਰੇ ਕਹਿ ਦਿੱਤਾ, ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਮਝ ਗਏ, ਆਖਣ ਲੱਗੇ ਇਹਨਾਂ ਨੂੰ ਸੂਖਮ ਰੂਪ ਦੇ ਵਿੱਚ ਹਉਮੈ ਹੋ ਗਈ ਹੈ, ਦੂਰ ਕਰ ਦੇਣੀ ਚਾਹੀਦੀ ਹੈ, ਵਰਨਾ ਅੱਗੇ ਚੱਲ ਕੇ ਫਿਰ ਇਹ ਬਹੁਤ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ। ਸਤ ਸੰਗਤ ਜੀ, ਉਸ ਵਕਤ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ, ਭਾਈ ਗੁਰਦਾਸ ਸਾਹਿਬ ਜੀ ਇਹ ਧਨ ਲੈ ਜਾਓ, ਕਾਬਲ ਦੇ ਵਿੱਚੋਂ ਜਾ ਕੇ ਘੋੜੇ ਖਰੀਦ ਕੇ ਲਿਆਓ। ਜਦ ਘੋੜੇ ਖਰੀਦਣ ਵਾਸਤੇ ਗਏ, ਘੋੜਿਆਂ ਦਾ ਸੌਦਾ ਕਰ ਦਿੱਤਾ, ਧਨ ਜਿਹੜਾ ਸੀ ਉਹ ਤੰਬੂ ਦੇ ਵਿੱਚ ਰੱਖਿਆ ਹੋਇਆ ਸੀ। ਜਦ ਤੋਲ ਮੋਲ ਕਰ ਲਿਆ, ਸੌਦਾ ਹੋ ਗਿਆ, ਜਦ ਧਨ ਲੈਣ ਵਾਸਤੇ ਤੰਬੂ ਦੇ ਵਿੱਚ ਗਏ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਪਰਚਾ ਪਾ ਦਿੱਤਾ ਅੜਾਉਣੀ ਵਾਲਾ। ਕੀ ਦੇਖਿਆ? ਦੇਖਦੇ ਹਨ ਵੀ ਧਨ ਦੀਆਂ ਮੋਹਰਾਂ ਦੀ ਜਗ੍ਹਾ 'ਤੇ ਭਾਈ ਗੁਰਦਾਸ ਸਾਹਿਬ ਜੀ ਨੂੰ ਉਹ ਠੀਕਰੀਆਂ ਦਿਖਾਈ ਦਿੱਤੀਆਂ। ਆਖਿਆ ਕਿ ਸਤਿਗੁਰੂ ਨੇ ਮੈਨੂੰ ਠੀਕਰੀਆਂ ਦੇ ਕੇ ਭੇਜਿਆ ਹੈ ਘੋੜੇ ਖਰੀਦਣ ਵਾਸਤੇ। ਸਤਿਗੁਰਾਂ ਉੱਪਰ ਵੀ ਸ਼ੱਕ ਹੋ ਗਿਆ, ਪਰਚਾ ਪੈ ਗਿਆ। ਸਾਧ ਸੰਗਤ ਜੀ ਆਖਿਆ ਵੀ ਹੁਣ ਮੇਰੀ ਕਿਵੇਂ ਸਾਖ ਰਹੇਗੀ ਵਪਾਰੀਆਂ ਦੇ ਵਿੱਚ? ਤੰਬੂ ਨੂੰ ਪਿਛਲੇ ਪਾਸਿਓਂ ਦੀ ਪਾੜ ਕੇ ਨਿਕਲ ਗਏ, ਕਾਂਸ਼ੀ ਦੇ ਵਿੱਚ ਪਹੁੰਚ ਜਾਂਦੇ ਹਨ। ਬਹੁਤ ਲੰਬਾ ਸਮਾਂ ਉੱਥੇ ਫਿਰ ਸਾਧ ਸੰਗਤ ਜੀ ਰਹਿਣਾ ਪਿਆ ਹੈ। ਗੁਰਸਿੱਖਾਂ ਵਾਸਤੇ ਸਤਿਗੁਰੂ ਦਾ ਵਿਛੋੜਾ ਅਸਹਿ ਹੋਇਆ ਕਰਦਾ ਹੈ, ਉਹਨਾਂ ਵਾਸਤੇ ਸਹਾਰਨਾ ਬੜਾ ਔਖਾ ਹੁੰਦਾ ਹੈ। ਜਿਵੇਂ ਆਪਾਂ ਬਚਨ ਪੜ੍ਹਦੇ ਹਾਂ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਉ ਘੋਲੀ ਜਿਓ ਘੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਭਾਈ ਗੁਰਦਾਸ ਸਾਹਿਬ ਜੀ ਨੇ ਕੁਝ ਉਦਾਹਰਣਾਂ ਵੀ ਦਿੱਤੀਆਂ ਹਨ। ਕਹਿੰਦੇ ਜਿਸ ਤਰ੍ਹਾਂ ਗਊ ਦੇ ਵੱਛੇ ਨੂੰ ਥੋੜ੍ਹਾ ਗਊ ਦੇ ਨਾਲੋਂ ਜਿਹੜਾ ਮਾਲਕ ਹੈ ਪਾਸੇ ਕਰਕੇ ਬੰਨ ਦਿੰਦਾ ਹੈ, ਉਹ ਚਾਹੁੰਦਾ ਹੈ ਆਪਣੀ ਮਾਤਾ ਨੂੰ ਮਿਲਣਾ, ਦੁੱਧ ਚੁੰਘਣਾ ਚਾਹੁੰਦਾ ਹੈ, ਪਰ ਕਹਿੰਦੇ ਉਹ ਬੰਧਨ ਦੇ ਵਿੱਚ ਹੈ, ਮਿਲ ਨਹੀਂ ਸਕਦਾ ਹੈ। ਵਿਗਾਰੀ ਦੇ ਸਿਰ ਦੇ ਉੱਪਰ ਕਹਿੰਦੇ ਭਾਰ ਹੈ, ਵਿਗਾਰੀ ਚਾਹੁੰਦਾ ਹੈ ਵੀ ਮੈਂ ਆਪਣੇ ਘਰ ਦੇ ਵਿੱਚ ਜਾਵਾਂ, ਪਰ ਉਹ ਆਪਣੇ ਮਾਲਕ ਦੇ ਹੁਕਮ ਦੇ ਵਿੱਚ ਹੈ, ਜਾ ਨਹੀਂ ਸਕਦਾ ਹੈ, ਉਹਨੂੰ ਭਾਰ ਢੋਣਾ ਪੈਂਦਾ ਹੈ। ਇਸੇ ਪ੍ਰਕਾਰ ਕਈ ਵਾਰੀ ਬੇਦੀ ਐਸੀ ਬਣ ਜਾਂਦੀ ਹੈ, ਬਿਨਾਂ ਚਾਹੁੰਦਿਆਂ ਹੋਇਆਂ ਵੀ ਗੁਰੂ ਦੇ ਵਿਛੋੜੇ ਦੇ ਵਿੱਚ ਰਹਿਣਾ ਪੈਂਦਾ ਹੈ, ਫਿਰ ਬੇਨਤੀਆਂ ਕਰਦੇ ਹਨ। ਸਾਧ ਸੰਗਤ ਜੀ, ਇੱਧਰ ਫਿਰ ਧੰਨ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਫਿਰ ਗੁਰਸਿੱਖਾਂ ਨੂੰ ਭੇਜਿਆ ਰਾਜੇ ਦੇ ਪਾਸ, ਵੀ ਉਹਨੂੰ ਜਾ ਕੇ ਕਹੋ ਵੀ ਸਾਡਾ ਤੁਹਾਡੇ ਕੋਲ ਇੱਕ ਚੋਰ ਹੈ, ਉਹਨੂੰ ਸਾਡੇ ਹਵਾਲੇ ਕਰ ਦਿਓ, ਮੁਸ਼ਕਾਂ ਬੰਨ ਕੇ ਲਿਆਓ। ਇਸ ਤਰ੍ਹਾਂ ਭਾਈ ਗੁਰਦਾਸ ਸਾਹਿਬ ਜੀ ਜਿਸ ਵਕਤ ਸਤਿਗੁਰਾਂ ਦੇ ਪਾਸ ਆਉਂਦੇ ਹਨ, ਫਿਰ ਸਾਧ ਸੰਗਤ ਜੀ ਗਲਤੀ ਦਾ ਅਹਿਸਾਸ ਹੁੰਦਾ ਹੈ।
ਮਾਣਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਕਈ ਵਾਰੀ ਟੈਸਟ ਦੇਣ ਵਾਲੇ ਆਉਂਦੇ ਹਨ ਨਾ, ਗ੍ਰੰਥੀ ਸਿੰਘਾਂ ਦੇ, ਪਾਠੀ ਸਿੰਘਾਂ ਦੇ, ਜਿਨ੍ਹਾਂ 'ਤੇ ਕਹਿਣਾ ਵੀ ਮੈਂ ਬੜਾ ਸਿਆਣਾ ਹਾਂ ਜੀ, ਬੜਾ ਵਿਦਵਾਨ ਹਾਂ, ਉਹਨਾਂ ਦੇਖ ਲੈਣਾ ਵੀ ਹੰਕਾਰ ਬੋਲ ਰਿਹਾ ਹੈ। ਇਹੋ ਜਿਹੀ ਅਡਾਉਣੀ ਪਾਉਣੀ ਉਹਦੇ ਕੋਲੋਂ ਬੋਲਿਆ ਹੀ ਨਾ ਜਾਣਾ। ਜਿਹਨੇ ਕਹਿਣਾ ਨਹੀਂ ਜੀ ਕਿਰਪਾ ਕਰ ਦਿਓ, ਪੜ੍ਹਾਈ ਤਾਂ ਕੀਤੀ ਹੈ ਪਰ ਤੁਹਾਡੇ ਸਾਹਮਣੇ ਅਸੀਂ ਕੁਝ ਨਹੀਂ ਹਾਂ, ਉਹਨਾਂ ਨੂੰ ਫਿਰ ਪਾਸ ਕਰ ਦੇਣਾ। ਇਸ ਤਰ੍ਹਾਂ ਸਾਧ ਸੰਗਤ ਜੀ, ਇੱਕ ਸਧਾਰਨ ਪਰਚਾ ਹੁੰਦਾ ਹੈ, ਇੱਕ ਅਡਾਉਣੀ ਵਾਲਾ ਪਰਚਾ ਹੁੰਦਾ ਹੈ। ਰੱਬ ਦੇ ਪਿਆਰੇ ਅਡਾਉਣੀ ਵਾਲੇ ਪਰਚੇ ਤੋਂ ਡਰਦੇ ਹਨ ਵੀ ਕਿਧਰੇ ਮਾਲਕ ਸਾਡੇ ਨਾਲ ਇਹੋ ਜਿਹਾ ਪਰਚਾ ਨਾ ਪਾ ਦਿਓ, ਉਹ ਸਾਡੇ ਕੋਲੋਂ ਪਾਸ ਨਹੀਂ ਹੋਣਾ ਹੈ। ਫਿਰ ਸਾਧ ਸੰਗਤ ਜੀ, ਗਲਤੀ ਦਾ ਬੰਦੇ ਨੂੰ ਅਹਿਸਾਸ ਹੋ ਜਾਂਦਾ ਹੈ ਜਿਸ ਵਕਤ ਅਡਾਉਣੀ ਵਾਲਾ ਪਰਚਾ ਪੈਂਦਾ ਹੈ ਨਾ। ਫਿਰ ਭਾਈ ਗੁਰਦਾਸ ਸਾਹਿਬ ਜੀ ਨੇ ਆ ਕੇ ਬੇਨਤੀ ਕੀਤੀ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ, ਜੇ ਗੁਰ ਪਰਮਾਏ ਸਾਂਗ ਕਰ ਕਿਆ ਸਿੱਖ ਵਿਚਾਰਾ। ਜੇ ਗੁਰੂ ਹੀ ਇਹੋ ਜਿਹੀ ਬਣਾਵਟ ਬਣਾ ਦੇਵੇ ਫਿਰ ਸਿੱਖ ਵਿਚਾਰਾ ਕੀ ਹੈ, ਸਿੱਖ ਤਾਂ ਭਰਮ ਹੀ ਜਾਵੇਗਾ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਵੀ ਆਉਂਦੇ ਹਨ, ਧਰਤੀ ਉੱਪਰ ਕੋਟ ਗੜ ਅਸਮਾਨ ਖਹੰਦੇ, ਕਹਿੰਦੇ ਜੇਕਰ ਧਰਤੀ ਦੇ ਉੱਪਰ ਬਹੁਤ ਸਾਰੇ ਕਹਿੰਦੇ ਕਿਲੇ ਹਨ, ਜੇਕਰ ਕਹਿੰਦੇ ਭੁਚਾਲ ਆ ਜਾਵੇ ਸਭ ਕੰਬਣ ਲੱਗ ਪੈਂਦੇ ਹਨ। ਸਧਾਰਨ ਰੂਪ ਦੇ ਵਿੱਚ ਤਾਂ ਟਿਕੇ ਰਹਿੰਦੇ ਹਨ, ਬੜੀਆਂ ਉਹਨਾਂ ਦੀਆਂ ਡੂੰਘੀਆਂ ਨੀਹਾਂ ਹਨ, ਬੜੇ ਉੱਚੇ ਹਨ, ਪਰ ਕਹਿੰਦੇ ਉਹ ਜਦ ਭੁਚਾਲ ਆਉਂਦਾ ਹੈ ਫਿਰ ਉਹ ਕੰਬਣ ਲੱਗ ਪੈਂਦੇ ਹਨ। ਹੜ ਆਏ ਕਿਨ ਥੰਮੀਅਨ ਦਰਿਆਓ ਵਹਾਂਦੇ, ਝੱਖੜ ਆਏ ਤਰਵਰਾਂ ਸਰਬੱਤ ਹਲਾਂਦੇ। ਸਧਾਰਨ ਰੂਪ ਦੇ ਵਿੱਚ ਰੁੱਖ ਟਿਕੇ ਰਹਿੰਦੇ ਹਨ, ਝੱਖੜ ਆਉਂਦਾ ਹੈ ਨਾ, ਵੱਡੇ ਵੱਡੇ ਪਿੱਪਲ ਬੋਹੜ ਵੀ ਜੜ੍ਹਾਂ ਤੋਂ ਪੁੱਟੇ ਜਾਂਦੇ ਹਨ। ਕਹਿੰਦੇ ਘੁਆਉਂਦੇ ਗਿਆਨੀ, ਕਹਿੰਦੇ ਘੁਆਉਂਦੇ ਵਿਦਵਾਨ, ਕਹਿੰਦੇ ਘੁਆਉਂਦੇ ਪ੍ਰੇਮੀ। ਜਦ ਮਹਾਰਾਜ ਅਡਾਉਣੀ ਵਾਲਾ ਪਰਚਾ ਪਾਉਂਦੇ ਹਨ ਉਹ ਨਹੀਂ ਪਾਸ ਹੁੰਦਾ ਹੈ, ਫਿਰ ਜੜ੍ਹਾਂ ਤੋਂ ਪੁੱਟੇ ਜਾਂਦੇ ਹਨ। ਅੰਬਰ ਪਾਟੇ ਥਿਗਲੇ, ਕਹਿੰਦੇ ਜੇਕਰ ਸਧਾਰਨ ਬਾਰਿਸ਼ ਹੋਵੇ ਫਿਰ ਤਾਂ ਉਹ ਝੱਲੀ ਜਾ ਸਕਦੀ ਹੈ, ਪਰ ਜਦ ਕਹਿੰਦੇ ਹਨ ਨਾ ਵੀ ਫਲਾਣੀ ਜਗ੍ਹਾ 'ਤੇ ਬੱਦਲ ਫਟ ਗਿਆ ਹੈ ਜੀ, ਫਿਰ ਕਹਿੰਦੇ ਉਹਨੂੰ ਕੋਈ ਟਾਕੀਆਂ ਲਾਉਣ ਦੀ ਕੋਸ਼ਿਸ਼ ਕਰੇ, ਉਹ ਨਹੀਂ ਉਹਨੂੰ ਟਾਕੀਆਂ ਲਗਾ ਸਕਦਾ ਹੈ, ਆਕਾਸ਼ ਨੂੰ ਟਾਕੀਆਂ ਕੌਣ ਲਗਾ ਸਕਦਾ ਹੈ। ਇਸ ਤਰੀਕੇ ਦੇ ਨਾਲ ਕਹਿੰਦੇ ਸਾਂਗੇ ਅੰਦਰ ਸਾਬਤੇ ਸੇ ਵਿਰਲੇ ਬੰਦੇ, ਜਿਹੜੇ ਸਵਾਂਗ ਦੇ ਵਿੱਚ ਸਾਬਤ ਰਹਿੰਦੇ ਹਨ ਕੋਈ ਵਿਰਲੇ ਭਾਗਾਂ ਵਾਲੇ ਹੁੰਦੇ ਹਨ। ਵਰਨਾ ਜਦ ਪਰਚਾ ਪੈਂਦਾ ਹੈ ਨਾ ਅਡਾਉਣੀ ਵਾਲਾ, ਕਦੋਂ ਪੈਂਦਾ ਹੈ, ਜਦੋਂ ਬੰਦੇ ਦੇ ਅੰਦਰ ਹਉਮੈ ਆਉਂਦੀ ਹੈ, ਹੰਕਾਰ ਆਉਂਦੀ ਹੈ। ਆਪਾਂ ਪੜ੍ਹਦੇ ਹਾਂ ਨਾ ਇਤਿਹਾਸ ਦੇ ਵਿੱਚ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕੀਤੇ ਸਨ, ਭਾਈ ਸੰਤੋਖ ਸਿੰਘ ਜੀ ਨੇ ਕਲਮਬੰਦ ਕੀਤੇ ਹਨ ਵੀ ਗੁਰੂ ਘਰ ਦੇ ਵਿੱਚ ਜਿਨ੍ਹਾਂ ਨੇ ਸੇਵਾ ਕਰਨੀ ਹੈ ਸੇਵਕ ਦੀ ਵਸਤੂ ਹੈ, ਹੰਕਾਰੀ ਇੱਥੇ ਸੇਵਾ ਨਹੀਂ ਕਰ ਸਕਦੇ ਹਨ। ਬੇਦੀ ਤ੍ਰੇਹਣ ਭੱਲੇ ਬੰਸ, ਸੋਢੀ ਜੇ ਕੁੱਲ ਕੇ ਅਵਤੰਸ਼, ਨਿਜ ਨਿਜ ਕੁੱਲ ਕੋ ਇਨ ਹੰਕਾਰਾ, ਕਰ ਨਾ ਸਕਹੈ ਸੇਵ ਉਦਾਰਾ।
ਇਹ ਸੇਵਕ ਕੀ ਵਸਤ ਸਦੀਵਾ ਨਿਰਹੰਕਾਰ ਜਿਨੋ ਮਨ ਨੀਵਾ। ਜਿਨ੍ਹਾਂ ਦਾ ਮਨ ਨੀਵਾਂ ਹੈ, ਮਤ ਉੱਚੀ ਹੈ, ਉਹ ਸੇਵਾ ਕਰ ਸਕਦੇ ਹਨ। ਆਖਿਆ ਸ਼੍ਰੀ ਨਾਨਕ ਕੋ ਦਰਸ਼ਨ ਕੀਨ, ਅਸ ਸੇਵਾ ਮੈਂ ਬੁੱਢਾ ਪਰਵੀਨ। ਐਸੀ ਸੇਵਾ ਦੇ ਯੋਗ ਹਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ। ਸੋ ਸਾਧ ਸੰਗਤ ਜੀ, ਬਾਬਾ ਰਵਿਦਾਸ ਸਾਹਿਬ ਜੀ ਨੇ ਇਸ ਢੰਗ ਦੇ ਨਾਲ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਸਵੈਮ ਆਪ ਤਾਂ ਬ੍ਰਹਮ ਰੂਪ ਹੋ ਚੁੱਕੇ ਹਨ, ਪਰਮੇਸ਼ਰ ਦਾ ਰੂਪ ਹਨ। ਇੱਕ ਜਗਿਆਸੂ ਰੂਪ ਹੋ ਕਰਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਵੀ ਸਤਿਗੁਰਾਂ ਦੇ ਅੱਗੇ, ਪਰਮੇਸ਼ਰ ਦੇ ਅੱਗੇ ਇਸ ਢੰਗ ਦੇ ਨਾਲ ਬੇਨਤੀਆਂ ਕਰਨੀਆਂ ਚਾਹੀਦੀਆਂ ਹਨ ਕਿ ਹੇ ਪ੍ਰਭੂ, ਸਾਡੇ ਵਰਗਾ ਕੋਈ ਦੀਨ ਨਹੀਂ ਹੈ, ਤੁਹਾਡੇ ਵਰਗਾ ਕੋਈ ਦਿਆਲੂ ਨਹੀਂ ਹੈ, ਕਿਰਪਾ ਕਰੋ, ਰਹਿਮਤ ਕਰੋ। ਜਿਵੇਂ ਜਿਵੇਂ ਬਾਬਾ ਰਵਿਦਾਸ ਜੀ ਸਾਨੂੰ ਸਮਝਾ ਰਹੇ ਹਨ, ਆਓ ਪਿਆਰ ਸ਼ਰਧਾ ਭਾਵਨਾ ਦੇ ਨਾਲ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਦਿਆਂ ਹੋਇਆਂ ਸਾਰੀ ਸੰਗਤ ਪਿਆਰ ਨਾਲ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧੰਨਾ ਸ਼੍ਰੀ ਭਗਤ ਰਵਿਦਾਸ ਜੀ ਕੀ। ਧੰਨਾ ਸ਼੍ਰੀ ਰਾਗ ਹੈ, ਧਨਾਸਰੀ ਰਾਗ ਦੇ ਵਿੱਚ ਜੋ ਬਾਣੀ ਹੈ ਉਹ ਸ਼੍ਰੋਮਣੀ ਭਗਤ ਬਾਬਾ ਰਵਿਦਾਸ ਜੀ ਦੀ ਹੈ, ਜਿਨ੍ਹਾਂ ਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ ਹੈ ਕਿ ਨੀਵੀਂ ਜਾਤ ਦੇ ਵਿੱਚ ਹੋ ਕੇ ਉੱਚਾ ਮਰਾਤਬਾ ਪ੍ਰਾਪਤ ਕੀਤਾ। ਇਹ ਵੀ ਸੱਚਾਈ ਹੈ ਕਿ ਪੁਰਬਲੇ ਭਾਗਾਂ ਦੇ ਹਿਸਾਬ ਦੇ ਨਾਲ ਮਨੁੱਖ ਨੂੰ ਸਰੀਰ ਮਿਲਦਾ ਹੈ, ਜਨਮ ਮਿਲਦਾ ਹੈ। ਜਿਸ ਤਰ੍ਹਾਂ ਦੇ ਕਿਸੇ ਦੇ ਪੂਰਬਲੇ ਸੰਸਕਾਰ ਹੁੰਦੇ ਹਨ, ਪੂਰਬਲੇ ਕਰਮ ਹੁੰਦੇ ਹਨ, ਉਸ ਹਿਸਾਬ ਦੇ ਨਾਲ ਮਨੁੱਖ ਉਸ ਤਰ੍ਹਾਂ ਦੇ ਪਰਿਵਾਰ ਦੇ ਵਿੱਚ ਆ ਜਾਂਦਾ ਹੈ। ਪਰ ਇਹ ਵੀ ਸੱਚਾਈ ਹੈ ਕਿ ਜਿਹੜਾ ਇਸ ਜਨਮ ਦੇ ਵਿੱਚ ਚੰਗੇ ਕਰਮ ਕਰੇਗਾ, ਸਨਮਾਨ ਉਸੇ ਨੂੰ ਮਿਲੇਗਾ। ਭਾਵੇਂ ਕੋਈ ਬ੍ਰਾਹਮਣ ਹੋਵੇ, ਭਾਵੇਂ ਕੋਈ ਉੱਚੀ ਜਾਤ ਵਾਲਾ ਹੋਵੇ, ਜੇਕਰ ਕਰਮ ਉਹਦੇ ਨੀਵੇਂ ਹਨ, ਉੱਚੀ ਜਾਤ ਵਿੱਚੋਂ ਹੋ ਕੇ ਜੇਕਰ ਕੇਸਾਂ ਦੀ ਬੇਅਦਬੀ ਕਰਦਾ ਹੈ, ਜੇਕਰ ਨਸ਼ਿਆਂ ਦਾ ਸੇਵਨ ਕਰਦਾ ਹੈ, ਤੰਬਾਕੂ ਦਾ ਸੇਵਨ ਕਰਦਾ ਹੈ, ਉਹਦੀ ਖਾਕ ਦੀ ਉੱਚੀ ਜਾਤ ਹੈ? ਕੋਈ ਉੱਚੀ ਜਾਤ ਨਹੀਂ ਹੈ। ਜਾਤ ਜਨਮ ਨੇ ਪੁੱਛੀਐ ਸੱਚ ਕਰ ਲਿਓ ਬਤਾਏ, ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਗੁਰਬਾਣੀ ਨੇ ਫੈਸਲਾ ਦਿੱਤਾ ਹੈ। ਠੀਕ ਹੈ, ਪੁਰਬਲੇ ਸੰਸਕਾਰਾਂ ਦੇ ਹਿਸਾਬ ਦੇ ਨਾਲ ਮਨੁੱਖ ਨੂੰ ਪਰਿਵਾਰ ਮਿਲਦਾ ਹੈ, ਪਰ ਸਤਿਕਾਰ ਉਸੇ ਨੂੰ ਮਿਲਦਾ ਹੈ ਜਿਹਦੇ ਕਰਮ ਚੰਗੇ ਹੁੰਦੇ ਹਨ, ਦੂਸਰੇ ਨੂੰ ਨਹੀਂ ਮਿਲਦਾ ਹੈ। ਬੜੇ ਬੜੇ ਤੁਰੇ ਫਿਰਦੇ ਹਨ, ਧੱਕੇ ਖਾਂਦੇ ਫਿਰਦੇ ਹਨ। ਬਾਬਾ ਰਵਿਦਾਸ ਜੀ ਨੀਵੀਂ ਜਾਤ ਵਿੱਚੋਂ ਹਨ, ਪਰ ਸਾਧ ਸੰਗਤ ਜੀ ਭਜਨ ਕਰਦੇ ਹਨ, ਬੰਦਗੀ ਕਰਦੇ ਹਨ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ ਕਿ ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ,
ਇਹ ਦਾਸ ਨੂੰ ਤਾਂ ਕਹਿਣਾ ਪਿਆ ਹੈ ਕਿ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਵਿਤਕਰੇ ਅੱਜ ਵੀ ਮੌਜੂਦ ਹਨ। ਆਪਾਂ ਉਸ ਨੂੰ ਮਾੜਾ ਸਮਝਦੇ ਹਾਂ ਜਿਹੜਾ ਨੀਵੀਂ ਜਾਤ ਵਾਲਾ ਹੈ। ਉੱਚੀ ਜਾਤ ਵਾਲਾ ਭਾਵੇਂ ਨਸ਼ਿਆਂ ਵਿੱਚ ਫਸਿਆ ਹੋਵੇ, ਭਾਵੇਂ ਵਿਸ਼ਿਆਂ ਦੇ ਵਿੱਚ ਫਸਿਆ, ਉਹਨੂੰ ਚੰਗਾ ਸਮਝਿਆ ਜਾਂਦਾ ਹੈ। ਮੁਆਫ ਕਰਨਾ, ਸਾਡੇ ਸਿੱਖ ਸਮਾਜ ਦੇ ਵਿੱਚ ਵੀ ਅਜੇ ਬਹੁਤਾ ਉੱਪਰ ਨਹੀਂ ਉੱਠ ਪਾਏ ਹਨ, ਇਹਨਾਂ ਵਿੱਚ ਫਸੇ ਹੋਏ ਹਨ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਭ ਨੂੰ ਸਤਿਕਾਰ ਦਿੱਤਾ ਹੈ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਔੜ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ, ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰਾ ਭਇਓ ਗੁਨੀਅ ਗਹੀਰਾ, ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸਹਿਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਨਿਆ, ਇਹ ਵਿਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਕਹਿੰਦੇ ਜਿਵੇਂ ਮੈਲੇ ਜੇ ਕੱਪੜੇ ਦੇ ਵਿੱਚ ਟੱਲੀ ਦੇ ਵਿੱਚ ਕਿਸੇ ਨੇ ਹੀਰਾ ਲਪੇਟਿਆ ਹੋਇਆ ਹੋਵੇ ਨਾ, ਬਾਬਾ ਰਵਿਦਾਸ ਜੀ ਇਸ ਤਰ੍ਹਾਂ ਹਨ। ਮੈਲੇ ਕੱਪੜੇ ਦੇ ਵਿੱਚ ਹੀਰੇ ਹਨ, ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ। ਐਸੇ ਮਹਾਨ ਭਗਤ ਸ਼੍ਰੋਮਣੀ ਭਗਤ ਬਾਬਾ ਰਵਿਦਾਸ ਜੀ ਦੀ ਇਹ ਬਾਣੀ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਭ ਤੋਂ ਪਹਿਲਾਂ ਮੰਗਲ ਕਰਦੇ ਹਨ, ਉਹ ਵਾਹਿਗੁਰੂ ਪਰਮੇਸ਼ਰ ਇੱਕ ਹੈ। ਭਾਵੇਂ ਕੋਈ ਰਾਮ ਕਹਿ ਲਏ, ਅੱਲਾ ਕਹਿ ਲਏ, ਗੋਡ ਕਹਿ ਲਏ, ਵਾਹਿਗੁਰੂ ਕਹਿ ਲਏ, ਨਾਮ ਉਹਦੇ ਅਲੱਗ ਅਲੱਗ ਹਨ, ਹੈ ਉਹ ਇੱਕ ਹੀ। ਸਾਰਿਆਂ ਦਾ ਪ੍ਰਕਾਸ਼ਕ ਹੈ, ਸਾਰਿਆਂ ਦੇ ਵਿੱਚ ਉਸਦੀ ਜੋਤ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੈ ਚਾਨਣ, ਸਭ ਮੈਂ ਚਾਨਣ ਹੋਏ। ਸਾਰਿਆਂ ਦਾ ਪ੍ਰਕਾਸ਼ਕ ਹੈ, ਪ੍ਰਾਪਤੀ ਦਾ ਸਾਧਨ ਦੱਸਦੇ ਹਨ, ਸਤਿਗੁਰੂ ਦੇ ਪ੍ਰਸਾਦ ਦੁਆਰਾ, ਸਤਿਗੁਰੂ ਦੀ ਮਿਹਰ ਦੁਆਰਾ, ਸਤਿਗੁਰੂ ਦੀ ਦਇਆ ਦੁਆਰਾ ਉਸਦੀ ਪ੍ਰਾਪਤੀ ਹੁੰਦੀ ਹੈ। ਹਮ ਸਰ ਦੀਨ ਦਇਆਲ ਨਾ ਤੁਮ ਸਰ। ਹੇ ਵਾਹਿਗੁਰੂ ਜੀ, ਸਾਡੇ ਵਰਗਾ ਕੋਈ ਦੀਨ ਨਹੀਂ ਹੈ। ਇੱਥੇ ਦੀਨ ਤੋਂ ਭਾਵ ਹੈ ਗੁਣਾ ਕਰਕੇ ਅਸੀਂ ਗਰੀਬ ਹਾਂ। ਇੱਥੇ ਧੰਨ ਕਰਕੇ ਗਰੀਬੀ ਦੀ ਗੱਲ ਨਹੀਂ ਕੀਤੀ ਗਈ ਹੈ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ ਵੀ ਸਿੱਖੀ ਦੀ ਪਹਿਲੀ ਪੌੜੀ ਇਹੀ ਹੈ, ਪਹਿਲਾ ਡੰਡਾ ਇਹੀ ਹੈ, ਹਉ ਤਿਸ ਘੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੈ। ਸੰਤ ਅਤਰ ਸਿੰਘ ਜੀ ਨੇ ਇੱਕ ਵਾਰੀ ਆਪਣੇ ਸੰਗੀਆਂ ਦੇ ਕੋਲੋਂ ਪੁੱਛਿਆ ਸੀ, ਸਿੱਖੀ ਦਾ ਪਹਿਲਾ ਡੰਡਾ ਕਿਹੜਾ ਹੈ, ਪੌੜੀ ਦਾ ਅਖੀਰਲਾ ਕਿਹੜਾ ਹੈ? ਸਾਰੇ ਚੁੱਪ ਕਰ ਗਏ। ਆਖਣ ਲੱਗੇ, ਅੱਛਾ ਇੱਕ ਅਸੀਂ ਦੱਸ ਦਿੰਦੇ, ਇੱਕ ਤੁਸੀਂ ਦੱਸ ਦਿਓ। ਕਹਿੰਦੇ ਪਹਿਲੀ ਕਲਾਸ ਹੈ ਨਿਮਰਤਾ ਦੇ ਵਿੱਚ ਰਹਿਣਾ, ਸੇਵਾ ਕਰਨੀ, ਸਿਮਰਨ ਕਰਨਾ, ਭਜਨ ਕਰਨਾ, ਪਰਉਪਕਾਰ ਕਰਨੇ, ਸਾਰੇ ਚੰਗੇ ਕਰਮ ਕਰਨੇ, ਪਰ ਫਿਰ ਵੀ ਨਿਮਰਤਾ ਦੇ ਵਿੱਚ ਰਹਿਣਾ। ਜੇ ਲੋੜ ਹੈ ਚੰਗਾ ਆਪਣਾ, ਕਰ ਪੁੰਨੋ ਨੀਚ ਸਦਾਈ ਹੈ।
ਔਰ ਕਹਿੰਦੇ ਅਖੀਰਲੀ ਜਿਹੜੀ ਸੀ ਨਾ ਫਿਰ ਉਹ ਦੱਸੀ ਸੀ ਸੰਤ ਤੇਜਾ ਸਿੰਘ ਜੀ ਨੇ ਵੀ ਅਖੀਰਲੀ ਹੈ ਭਾਣੇ ਦੇ ਵਿੱਚ ਰਹਿਣਾ। ਹੇ ਵਾਹਿਗੁਰੂ ਜੀ, ਸਾਡੇ ਵਰਗਾ ਕੋਈ ਨਿਮਾਣਾ ਨਹੀਂ ਹੈ, ਗਰੀਬ ਨਹੀਂ ਹੈ, ਤੁਹਾਡੇ ਵਰਗਾ ਕੋਈ ਦਿਆਲੂ ਨਹੀਂ ਹੈ, ਤੁਹਾਡੇ ਵਰਗਾ ਕੋਈ ਦਇਆ ਦਾ ਘਰ ਨਹੀਂ ਹੈ ਜੀ। ਅਬ ਪਤੀ ਯਾਰ ਕਿਆ ਕੀਜੈ। ਹੁਣ ਕਹਿੰਦੇ ਸਾਡੇ ਨਾਲ ਕੋਈ ਅਡਾਉਣੀ ਵਾਲਾ ਪਰਚਾ ਨਾ ਪਾਇਓ, ਸਾਡਾ ਪਰਤਾਵਾ ਲੈਣ ਦੀ ਲੋੜ ਨਹੀਂ ਹੈ। ਅਸੀਂ ਪਰਚੇ ਦੇ ਵਿੱਚ ਪਹਿਲਾਂ ਹੀ ਕਹਿ ਦਿੰਦੇ ਹਾਂ ਵੀ ਫੇਲ ਹੀ ਹਾਂ, ਅਸੀਂ ਪਾਸ ਹੋਣ ਜੋਗੇ ਨਹੀਂ ਹਾਂ, ਇਸ ਕਰਕੇ ਸਾਡਾ ਪਰਤਾਵਾ ਨਾ ਲਿਆ ਜੇ, ਕਿਰਪਾ ਕਰਨੀ, ਰਹਿਮਤ ਕਰਨੀ ਜੀ। ਬਚਨੀ ਤੋਰ ਮੋਰ ਮਨ ਮਾਨੈ। ਦਾਸ ਨੇ ਅਰਜ਼ ਕੀਤੀ ਹੈ ਕਿ ਪਰਚਾ ਉਦੋਂ ਪੈਂਦਾ ਹੈ ਜਦੋਂ ਅਸੀਂ ਹਉਮੈ ਵਿੱਚ ਆਉਂਦੇ ਹਾਂ, ਜਦੋਂ ਅਸੀਂ ਹੰਕਾਰ ਵਿੱਚ ਆਉਂਦੇ ਹਾਂ। ਬਾਜਾਂ ਵਾਲੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੇਵਕ ਭਾਈ ਜੋਗਾ ਸਿੰਘ ਜੀ ਆਖਿਆ ਸੀ ਨਾ ਵੀ ਜੋ ਵੀ ਕਰਦੇ ਹੋ ਛੱਡ ਕੇ ਆ ਜਾਓ, ਉਸੇ ਵੇਲੇ ਤੁਰ ਪਏ। ਫਿਰ ਮਨ ਦੇ ਵਿੱਚ ਹਉਮੈ ਆ ਗਈ, ਮੇਰੇ ਵਰਗਾ ਵੀ ਕੋਈ ਸਿੱਖ ਹੋਵੇਗਾ ਜਿਹੜਾ ਇੰਨਾ ਗੁਰੂ ਦਾ ਹੁਕਮ ਮੰਨਣ ਵਾਲਾ। ਉੱਥੇ ਹੀ ਪਰਚਾ ਪੈ ਗਿਆ। ਹੁਣ ਪਰਚਾ ਹੱਲ ਕਰਕੇ ਦੱਸ। ਮਨ ਦੇ ਵਿੱਚ ਮਹਾਰਾਜ ਫੁਰਨਾ ਹੀ ਇਹੋ ਜਿਹਾ ਬਣਾ ਦਿੰਦੇ ਹਨ, ਮੈਲਾ ਬਣਾ ਦਿੰਦੇ ਹਨ। ਉੱਥੇ ਫਿਰ ਸਾਧ ਸੰਗਤ ਜੀ ਫਸ ਗਿਆ। ਫਿਰ ਮਹਾਰਾਜ ਨੂੰ ਬੇਨਤੀਆਂ ਕਰਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪ ਰੱਖਿਆ ਕੀਤੀ, ਆਪ ਬਚਾਇਆ। ਫਿਰ ਵੀ ਭਾਗਾਂ ਵਾਲਾ ਹੈ ਜਿਹਨੂੰ ਸਤਿਗੁਰਾਂ ਨੇ ਆਪ ਬਚਾ ਲਿਆ, ਵਰਨਾ ਇੱਕ ਵਾਰੀ ਪੈਰ ਤਿਲਕ ਜਾਵੇ ਫਿਰ ਪਤਾ ਨਹੀਂ ਕਿੰਨੇ ਜਨਮ ਬੰਦਾ ਨਰਕਾਂ ਵਿੱਚ ਹੀ ਗੋਤੇ ਖਾਂਦਾ ਰਹਿੰਦਾ ਹੈ। ਹੇ ਵਾਹਿਗੁਰੂ ਜੀ, ਸਾਡੇ 'ਤੇ ਕੋਈ ਇਹੋ ਜਿਹਾ ਕਰੜਾ ਪਰਚਾ ਨਾ ਪਾਇਓ, ਸਾਡੇ ਵਰਗਾ ਕੋਈ ਦੀਨ ਨਹੀਂ, ਗਰੀਬ ਨਹੀਂ, ਤੁਹਾਡੇ ਵਰਗਾ ਕੋਈ ਦਇਆ ਦਾ ਘਰ ਨਹੀਂ ਹੈ ਜੀ। ਬਚਨੀ ਤੋਰ ਮੋਰ ਮਨ ਮਾਨੈ, ਜਨ ਕਉ ਪੂਰਨ ਦੀਜੈ। ਤੁਹਾਡੇ ਬਚਨਾਂ ਨਾਲ, ਤੁਹਾਡੀ ਬਾਣੀ ਨਾਲ ਸਾਡਾ ਮਨ ਜਿਹੜਾ ਹੈ ਉਹ ਮੰਨ ਜਾਂਦਾ ਹੈ, ਪਤੀਜ ਜਾਂਦਾ ਹੈ, ਪਰਚ ਜਾਂਦਾ ਹੈ। ਬਚਨੀ ਤੋਰ ਮੋਰ ਮਨ ਮਾਨੈ, ਹੋਰ ਕਿਤੇ ਮਨੁੱਖ ਦਾ ਮਨ ਪਤੀਜ ਦਾ ਨਹੀਂ ਹੈ, ਮਨ ਦਾ ਨਹੀਂ ਹੈ, ਸੰਤੁਸ਼ਟ ਨਹੀਂ ਹੁੰਦਾ ਹੈ। ਸਹਿਸ ਖੱਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ, ਮਾਇਆ ਪਾਛੈ ਪਾਵੈ। ਮਾਣਯੋਗ ਮਸਕੀਨ ਸਾਹਿਬ ਜੀ ਦੇ ਬਚਨ ਹਨ, ਕਿਹਾ ਕਰਦੇ ਸਨ, ਕਹਿੰਦੇ ਮਨੁੱਖ ਚਾਹੁੰਦਾ ਹੈ ਵੀ ਅੱਜ ਛੋਟੀ ਕੁਰਸੀ ਮਿਲੀ ਹੈ, ਕੱਲ੍ਹ ਹੋਰ ਵੱਡੀ ਮਿਲ ਜਾਵੇ, ਪਰਸੋਂ ਹੋਰ ਵੱਡੀ ਮਿਲ ਜਾਵੇ, ਇਹਨੂੰ ਪ੍ਰਭਤਾ ਆਖ ਦਿੰਦੇ ਹਨ। ਪਰ ਕਹਿੰਦੇ ਕੌਣ ਦੱਸੇ, ਪ੍ਰਭਤਾ ਦਾ ਮਾਲਕ ਤਾਂ ਪ੍ਰਭੂ ਹੈ, ਜਿਹਦਾ ਨਾਮ ਪ੍ਰਭੂ ਹੈ। ਅਸਲੀ ਪ੍ਰਭਤਾ ਉਦੋਂ ਹੀ ਮਿਲਦੀ ਹੈ ਜਦੋਂ ਬੰਦਾ ਪ੍ਰਭੂ ਦੇ ਨਾਲ ਜੁੜਦਾ ਹੈ, ਉਸ ਤੋਂ ਬਿਨਾਂ ਸ਼ਾਂਤ ਨਹੀਂ ਹੁੰਦਾ ਹੈ, ਭਟਕਦਾ ਹੀ ਰਹਿੰਦਾ ਹੈ, ਅਸ਼ਾਂਤ ਹੀ ਰਹਿੰਦਾ ਹੈ। ਇਸ ਦੇ ਨਾਲ ਦੀਆਂ ਹੋਰ ਵੀ ਬਹੁਤ ਸਾਰੀਆਂ ਉਦਾਹਰਨਾਂ ਹਨ। ਉਹ ਸਾਰੇ ਖਜ਼ਾਨਿਆਂ ਦਾ ਮਾਲਕ ਪਰਮੇਸ਼ਰ ਆਪ ਹੀ ਹੈ। ਮਨੁੱਖ ਸਮਝਦਾ ਵੀ ਮੈਂ ਇੰਨਾ ਧਨ ਕਮਾ ਲਵਾਂਗਾ, ਸੁਖੀ ਹੋ ਜਾਵਾਂਗਾ। ਕਹਿੰਦੇ ਨਹੀਂ, ਬਿਲਕੁਲ ਨਹੀਂ ਹੋਵੇਗਾ। ਬੜਿਆ ਹੋਰ ਭਿਆਨਕ ਰੂਪ ਧਾਰਨ ਕਰ ਲੈਂਦੀਆਂ ਹਨ, ਇੱਛਾਵਾਂ ਹੋਰ ਅੱਗੇ ਵੱਧ ਜਾਂਦੀਆਂ ਹਨ।
ਮਨ ਉਦੋਂ ਹੀ ਸ਼ਾਂਤ ਹੁੰਦਾ ਹੈ ਜਦੋਂ ਅੰਤਰਮੁਖ ਹੁੰਦਾ ਹੈ, ਜਦੋਂ ਪ੍ਰਭੂ ਦੀ ਬਾਣੀ ਨੂੰ ਸੁਣਦਾ ਹੈ, ਬਾਹਰੋਂ ਸੁਣਦਾ ਹੈ ਜਾਂ ਅੰਦਰੋਂ ਸੁਣਦਾ ਹੈ, ਉਦੋਂ ਫਿਰ ਸ਼ਾਂਤ ਹੋ ਜਾਂਦਾ ਹੈ, ਟਿਕ ਜਾਂਦਾ ਹੈ। ਮਨੁੱਖ ਦਾ ਮਨ ਮੰਨ ਜਾਂਦਾ ਹੈ, ਮਨੁੱਖ ਦਾ ਮਨ ਸੰਤੁਸ਼ਟ ਹੋ ਜਾਂਦਾ ਹੈ, ਫਿਰ ਕੋਈ ਭਟਕਣਾ ਨਹੀਂ ਰਹਿ ਜਾਂਦੀ ਹੈ। ਹੇ ਪ੍ਰਭੂ, ਤੇਰੀ ਬਾਣੀ ਦੇ ਨਾਲ ਮੇਰਾ ਮਨ ਜਿਹੜਾ ਹੈ ਉਹ ਮੰਨ ਜਾਂਦਾ ਹੈ, ਸੰਤੁਸ਼ਟ ਹੋ ਜਾਂਦਾ ਹੈ ਜੀ। ਹਉ ਬਲ ਬਲ ਜਾਉ ਰਮਈਆ ਕਾਰਨੇ, ਐਸੀ ਮੈਨੂੰ ਪੂਰਨਤਾ ਦੇਣਾ ਕਰੋ, ਕਿਉਂਕਿ ਅਧੂਰੀ ਕੋਈ ਵੀ ਵਸਤੂ ਚੰਗੀ ਨਹੀਂ ਲੱਗਦੀ ਹੈ। ਐਸੀ ਪੂਰਨਤਾ ਮੈਨੂੰ ਬਖਸ਼ਿਸ਼ ਕਰੋ, ਮੈਨੂੰ ਅੰਤਰਮੁਖ ਹੋਣ ਦੀ ਜਾਚ ਸਿਖਾਓ। ਹਉ ਬਲ ਬਲ ਜਾਉ ਰਮਈਆ ਕਾਰਨੇ, ਹੇ ਵਾਹਿਗੁਰੂ ਜੀ ਸੋਹਣੇ ਰਮੇ ਹੋਏ ਰਾਮ, ਮੈਂ ਤੁਹਾਥੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਬਲਹਾਰੇ ਜਾਂਦਾ ਹਾਂ ਜੀ। ਕਾਰਨ ਕਵਨ ਅਬੋਲ, ਤੁਸੀਂ ਮੇਰੇ ਨਾਲ ਗੱਲ ਕਿਉਂ ਨਹੀਂ ਕਰਦੇ ਹੋ, ਮੇਰੇ ਨਾਲ ਬੋਲਦੇ ਕਿਉਂ ਨਹੀਂ ਹੋ, ਮੇਰੇ ਨਾਲ ਗੱਲਾਂ ਕਰੋ, ਮੇਰੇ ਨਾਲ ਬੋਲੋ। ਕਹਿੰਦੇ ਰੱਬ ਭਗਤਾਂ ਦੇ ਨਾਲ ਗੱਲਾਂ ਕਰਦਾ ਹੈ, ਜਿਵੇਂ ਆਪਾਂ ਇੱਕ ਦੂਜੇ ਦੇ ਨਾਲ ਕਰਦੇ ਹਾਂ ਨਾ, ਇਸ ਤਰ੍ਹਾਂ ਪਰਮੇਸ਼ਰ, ਇਸ ਤਰ੍ਹਾਂ ਸਤਿਗੁਰੂ ਆਪਣੇ ਪਿਆਰਿਆਂ ਦੇ ਨਾਲ ਗੱਲਾਂ ਕਰਦੇ ਹਨ। ਬਾਬਾ ਨਾਮਦੇਵ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ, ਤੂੰ ਕੌਣ ਰੇ ਮੈਂ ਜੀ ਨਾਮਾ, ਹੋ ਜੀ ਆਲਾ ਤੇ ਨਿਵਾਰਨਾ ਜਮ ਕਾਰਨਾ। ਉਹ ਗੱਲਾਂ ਕਰ ਰਹੇ ਹਨ ਇੱਕ ਦੂਸਰੇ ਦੇ ਨਾਲ, ਹੇ ਵਾਹਿਗੁਰੂ ਮੇਰੇ ਨਾਲ ਗੱਲ ਕਰੋ, ਮੇਰੇ ਨਾਲ ਤੁਸੀਂ ਗੱਲ ਕਿਉਂ ਨਹੀਂ ਕਰ ਰਹੇ ਹੋ, ਕੀ ਸਬੱਬ ਹੈ, ਕੀ ਕਾਰਨ ਹੈ? ਕਿਉਂਕਿ ਕਈ ਵਾਰੀ ਬਣੀ ਬਣਾਈ ਖੇਡ ਜਿਹੜੀ ਹੈ ਉਹ ਵਿਗੜ ਵੀ ਜਾਂਦੀ ਹੈ ਨਾ। ਜਿਸ ਤਰ੍ਹਾਂ ਇੱਕ ਫਕੀਰ ਦਾ ਜ਼ਿਕਰ ਆਉਂਦਾ ਹੈ, ਸਾਧ ਸੰਗਤ ਜੀ ਪੈਗੰਬਰ ਸੀ ਨਾ, ਜਿਹਨੇ ਕਹਿ ਦਿੱਤਾ ਸੀ ਆਜੜੀ ਨੂੰ ਵੀ ਤੇਰੇ ਵਰਗਾ ਕਿੱਥੇ ਪ੍ਰਭੂ ਹੋ ਸਕਦਾ ਹੈ, ਇੱਕ ਚਪੇੜ ਮਾਰ ਦਿੱਤੀ ਸੀ ਉਸਨੂੰ। ਤਰੇਤ ਪਹਾੜ ਦੇ ਉੱਪਰ ਜਾ ਕੇ ਬੈਠਦਾ ਸੀ, ਜਾਂਦਿਆਂ ਸਾਰੀ ਸਮਾਧੀ ਲੱਗ ਜਾਂਦੀ ਸੀ, ਪ੍ਰਭੂ ਦੇ ਨਾਲ ਗੱਲਾਂ ਕਰਦਾ ਸੀ ਪੈਗੰਬਰ। ਉਸੇ ਵਕਤ ਆਕਾਸ਼ ਬਾਣੀ ਹੋਈ, ਤੈਨੂੰ ਜੋੜਨ ਵਾਸਤੇ ਭੇਜਿਆ ਹੈ, ਤੋੜਨ ਵਾਸਤੇ ਨਹੀਂ। ਕਿਸੇ ਦਾ ਦਿਲ ਤੋੜਨਾ, ਜੁੜ ਰਹੇ ਦਾ, ਵਿਦਵਾਨ ਮਹਾਂਪੁਰਸ਼ਾਂ ਨੇ ਆਖਿਆ ਜਿਵੇਂ ਮੰਦਿਰ ਢਾਉਣਾ ਹੈ, ਗੁਰਦੁਆਰਾ ਢਾਉਣਾ ਹੈ, ਮਸੀਤ ਢਾਉਣੀ ਹੈ, ਇੰਨਾ ਪਾਪ ਲੱਗਦਾ ਹੈ ਬੰਦੇ ਨੂੰ। ਜੁੜੇ ਹੋਏ ਨੂੰ ਹੋਰ ਜੋੜਨਾ ਚਾਹੀਦਾ ਹੈ, ਬੂਟਾ ਲੱਗਾ ਉਹਨੂੰ ਹੋਰ ਪਾਣੀ ਪਾਉਣਾ ਚਾਹੀਦਾ ਹੈ। ਤੋੜਨ ਵਰਗਾ ਕੋਈ ਪਾਪ ਨਹੀਂ ਹੈ, ਜੋੜਨ ਵਰਗਾ ਕੋਈ ਪੁੰਨ ਨਹੀਂ ਹੈ। ਕਈ ਵਾਰੀ ਇਸ ਤਰ੍ਹਾਂ ਦੇ ਸਬੱਬ ਬਣ ਜਾਂਦੇ ਹਨ ਰੱਬ ਦੇ ਪਿਆਰਿਆਂ, ਸੂਖਮ ਗਲਤੀ ਹੋ ਜਾਂਦੀ ਹੈ, ਫਿਰ ਰੁਕਾਵਟ ਪੈ ਜਾਂਦੀ ਹੈ, ਫਿਰ ਗਲਤੀ ਦਾ ਅਹਿਸਾਸ ਵੀ ਹੋ ਜਾਂਦਾ ਹੈ। ਹੇ ਵਾਹਿਗੁਰੂ ਜੀ ਕੀ ਸਬੱਬ ਹੈ, ਮੈਨੂੰ ਸਮਝਾਉਣਾ ਕਰੋ, ਕਾਹਦੇ ਵਾਸਤੇ ਮੇਰੇ ਨਾਲ ਤੁਸੀਂ ਗੱਲ ਨਹੀਂ ਕਰ ਰਹੇ ਹੋ। ਵਿਸ਼ਰਾਮ ਦੇ ਕਰਕੇ ਭਗਤ ਜੀ ਅੱਗੇ ਉਪਦੇਸ਼ ਬਖਸ਼ਦੇ ਹਨ। ਬਹੁਤ ਜਨਮ ਵਿਛੋੜੇ ਥੇ ਮਾਧੋ,
ਬਹੁਤ ਜਨਮ ਹੋ ਗਏ ਹਨ ਤੁਹਾਡੇ ਨਾਲੋਂ ਵਿਛੋੜਾ ਹੋਇਆ ਹੋਇਆ ਜੀ। ਇਹੋ ਜਨਮ ਤੁਹਾਰੇ ਲੇਖੇ, ਇਹ ਜਨਮ ਜਿਹੜਾ ਹੈ ਹੁਣ ਅਸੀਂ ਤੁਹਾਡੇ ਲੇਖੇ ਦੇ ਵਿੱਚ ਲਗਾਇਆ ਹੋਇਆ ਹੈ, ਸਾਰਾ ਜੀਵਨ ਤੁਹਾਡੀ ਯਾਦ ਦੇ ਵਿੱਚ ਹੀ ਬਤੀਤ ਕਰਾਂਗੇ। ਕਹਿ ਰਵਿਦਾਸ ਆਸ ਲਗ ਜੀਵ। ਬਾਬਾ ਰਵਿਦਾਸ ਜੀ ਬੇਨਤੀ ਪੂਰਵਕ ਫਰਮਾਉਂਦੇ ਹਨ ਵੀ ਅਸੀਂ ਇਹ ਆਸ ਲਗਾ ਕੇ ਜੀ ਰਹੇ ਹਾਂ। ਚਿਰ ਭਇਓ ਦਰਸ਼ਨ ਦੇਖੇ, ਬਹੁਤ ਚਿਰ ਹੋ ਗਿਆ ਹੈ, ਕਦੇ ਤੁਹਾਡੀ ਝਲਕ ਮਿਲੀ ਸੀ, ਕਦੇ ਤੁਹਾਡਾ ਦੀਦਾਰ ਹੋਇਆ ਸੀ, ਪਰ ਕਹਿੰਦੇ ਹੁਣ ਕਿਰਪਾ ਕਰੋ, ਸਦਾ ਵਾਸਤੇ ਆਪਣਾ ਦੀਦਾਰ ਬਖਸ਼ਿਸ਼ ਕਰੋ। ਸੋ ਸਾਧ ਸੰਗਤ ਜੀ, ਵੈਸੇ ਤਾਂ ਪਰਮੇਸ਼ਰ ਹਮੇਸ਼ਾ ਹੀ ਆਪਣੇ ਪਿਆਰਿਆਂ ਦੇ ਨਾਲ ਹੀ ਹੁੰਦਾ ਹੈ। ਦੁਕਾਲੰ ਪ੍ਰਨਾਸੀ ਦਯਾਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਕਈ ਵਾਰੀ ਪਰਮੇਸ਼ਰ ਜਦ ਥੋੜ੍ਹੀ ਝਲਕ ਦਿੰਦਾ ਹੈ ਨਾ, ਫਿਰ ਮਨੁੱਖ ਫਿਰ ਰੱਬ ਦੇ ਪਿਆਰੇ ਕਹਿੰਦੇ ਹੁਣ ਸਾਰਾ ਜੀਵਨ ਲੇਖੇ ਵਿੱਚ ਹੀ ਲਗਾ ਦੇਣਾ ਹੈ। ਸੰਤ ਬਾਬਾ ਵੀਰ ਸਿੰਘ ਜੀ ਨਿਰੰਗਾਬਾਦ ਵਾਲੇ, ਮੁਲਤਾਨ ਦੀ ਜੰਗ ਦੇ ਵਿੱਚ ਖੰਡਾ ਟੁੱਟ ਗਿਆ ਆਪ ਜੀ ਦਾ ਜੰਗ ਕਰਦਿਆਂ ਕਰਦਿਆਂ। ਧੰਨ ਬਾਜਾਂ ਵਾਲੇ ਸਤਿਗੁਰਾਂ ਦਾ ਸ਼ਬਦ ਪੜ੍ਹ ਰਹੇ ਸਨ, ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ, ਸ਼ਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨ ਲਾਗਨ ਪਾਵੈ, ਰਾਖ ਤਹਿ ਅਪਨੋ ਕਰ ਦੈ ਕਰ ਪਾਪ ਸੰਭੂ ਨ ਭੇਟਣ ਪਾਵੈ, ਔਰ ਕੀ ਬਾਤ ਕਹਾਂ ਕਹਿ ਤੋ ਸਾਉ, ਸੋ ਪੇਟ ਹੀ ਕੇ ਪਟ ਬੀਚ ਬਚਾਵੈ। ਕਹਿੰਦੇ ਸਤਿਗੁਰਾਂ ਨੇ ਜੰਗ ਦੇ ਵਿੱਚੋਂ ਇੰਜ ਕੱਢ ਲਿਆ ਜਿਵੇਂ ਮੱਖਣ ਦੇ ਵਿੱਚੋਂ ਵਾਲ ਕੱਢ ਲਈਦਾ ਹੈ। ਉੱਥੇ ਹੀ ਫੈਸਲਾ ਲਿਆ ਲਿਆ, ਅੱਜ ਤੋਂ ਬਾਅਦ ਸਾਰਾ ਜੀਵਨ ਸੇਵਾ ਹੀ ਕਰਨੀ ਹੈ, ਕੋਈ ਕਿਸੇ ਦੀ ਨੌਕਰੀ ਨਹੀਂ ਕਰਾਂਗੇ। ਉਸੇ ਵਕਤ ਹੀ ਨੌਕਰੀ ਦਾ ਤਿਆਗ ਕਰ ਦਿੱਤਾ। ਇਸੇ ਤਰ੍ਹਾਂ ਸੰਤ ਕਰਮ ਸਿੰਘ ਜੀ ਦਾ ਵੀ ਜ਼ਿਕਰ ਆਉਂਦਾ ਹੈ, ਹੋਤੀ ਮਰਦਾਨ ਵਾਲੇ ਮਹਾਂਪੁਰਸ਼ਾਂ ਦਾ, ਜਦ ਬਾਜਾਂ ਵਾਲੇ ਸਤਿਗੁਰਾਂ ਨੇ ਆਪ ਡਿਊਟੀ ਕੀਤੀ। ਸੋ ਸਾਧ ਸੰਗਤ ਜੀ, ਜਿਸ ਵਕਤ ਝਲਕ ਮਿਲਦੀ ਹੈ ਫਿਰ ਐਸੀ ਭਗਤਾਂ ਦੀ ਸਮਰਪਣ ਭਾਵਨਾ ਬਣ ਜਾਂਦੀ ਹੈ। ਆਓ ਸਾਧ ਸੰਗਤ ਜੀ, ਲੜੀਵਾਰ ਸ਼ਬਦ ਦੇ ਵਿੱਚ ਜਿਵੇਂ ਪਾਤਸ਼ਾਹ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਸਰਵਣ ਕਰੀਏ ਜੀ। ਮਾਲੀ ਗੌੜਾ ਮਹੱਲਾ ਚੌਥਾ। ਮਾਲੀ ਗੌੜਾ ਰਾਗ ਦੇ ਵਿੱਚ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਉਪਦੇਸ਼ ਬਖਸ਼ਦੇ ਹਨ। ਸਭ ਸਿੱਧ ਸਾਧਕ ਮੁਨ ਜਾਣਾ, ਮਨ ਭਾਵਨੀ ਹਰ ਧਿਆਇਓ। ਸਾਰੇ ਹੀ ਸਿੱਧ ਜਿਹੜੇ ਹਨ, ਸਾਧਕ ਸਾਧਨਾ ਕਰਨ ਵਾਲੇ ਮੁਨੀ ਰਿਸ਼ੀ ਮੁਨੀ ਆਦਿਕ ਜਿਹੜੇ ਹਨ, ਸਾਰੇ ਹੀ ਬੰਦਗੀ ਕਰਨ ਵਾਲੇ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਮਨ ਭਾਵਨੀ ਤੇ ਹਰ ਧਿਆਇਓ, ਮਨ ਭਾਵਨੀ ਹਰ ਧਿਆਇਓ। ਸਾਰੇ ਮਨ ਦੀ ਭਾਵਨਾ ਦੇ ਨਾਲ ਪ੍ਰਭੂ ਨੂੰ ਧਿਆਉਂਦੇ ਹਨ, ਪ੍ਰਭੂ ਦੀ ਬੰਦਗੀ ਕਰਦੇ ਹਨ, ਪ੍ਰਭੂ ਦਾ ਨਾਮ ਜਪਦੇ ਹਨ। ਇੱਕ ਕਾਮਨਾ ਦੇ ਨਾਲ ਧਿਆਇਆ ਜਾਂਦਾ ਹੈ, ਇੱਕ ਭਾਵਨਾ ਦੇ ਨਾਲ ਧਿਆਇਆ ਜਾਂਦਾ ਹੈ। ਕਈ ਵਾਰੀ ਕਾਮਨਾ ਹੀ ਭਾਵਨਾ ਦਾ ਰੂਪ ਲੈ ਲੈਂਦੀ ਹੈ। ਆਪਣੇ ਲੋਭ ਕੋ ਕੀਨੋ ਮੀਤ, ਸਕਲ ਪਦਾਰਥ ਮੁਕਤ ਪਦ ਦੀਤ, ਬੰਦਾ ਸੋਚਦਾ ਹੈ ਰੱਬ ਨੇ ਮੈਨੂੰ ਇੰਨਾ ਕੁਝ ਦਿੱਤਾ,
ਧਨ ਪਦਾਰਥ ਦਿੱਤਾ ਕਿ ਉਹਨਾਂ ਪ੍ਰਭੂ ਨੂੰ ਹੀ ਮੰਗ ਲਿਆ ਜਾਵੇ, ਫਿਰ ਬੰਦਾ ਅੱਗੇ ਚੱਲ ਪੈਂਦਾ ਹੈ। ਪਰ ਕੋਈ ਕੋਈ ਚੱਲਦਾ ਹੈ, ਜ਼ਿਆਦਾਤਰ ਮਨੁੱਖ ਦਾਤ ਪਿਆਰੀ ਵਿਸਰਿਆ ਦਾ ਤਾਰਾ ਦਾਤਾਂ ਦੇ ਵਿੱਚ ਹੀ ਫਸ ਕੇ ਰਹਿ ਜਾਂਦਾ ਹੈ। ਪਰ ਕਈ ਐਸੇ ਰੱਬ ਦੇ ਪਿਆਰੇ ਹੁੰਦੇ ਹਨ, ਨਿਰੋਲ ਭਾਵਨਾ ਦੇ ਨਾਲ ਬੰਦਗੀ ਕਰਦੇ ਹਨ। ਹੋਰ ਕੋਈ ਨਹੀਂ ਚਾਹੀਦਾ, ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਉਹ ਆਪਣੇ ਮਨ ਨੂੰ ਪਰਚਾ ਕਰਕੇ, ਮਨ ਨੂੰ ਜੋੜ ਕਰਕੇ ਬੰਦਗੀ ਕਰਦੇ ਹਨ। ਕੋਈ ਖਿਆਲ ਨਹੀਂ ਹੈ, ਕਿਉਂਕਿ ਜਦ ਖਿਆਲ ਆ ਤਾਂ ਹੁਣ ਨਾ ਮੈਨੂੰ ਉਹ ਮਿਲ ਜਾਵੇ, ਉਹ ਮਿਲ ਜਾਵੇ, ਫਿਰ ਸ਼ਬਦ ਦੇ ਵਿੱਚ ਮਨ ਪਰਚਦਾ ਨਹੀਂ ਹੈ, ਮਨ ਜੁੜਦਾ ਨਹੀਂ ਹੈ, ਸੁਰਤ ਨਹੀਂ ਜੁੜੇਗੀ, ਸਮਾਧੀ ਨਹੀਂ ਲੱਗੇਗੀ। ਪਰ ਜਦ ਬੰਦਾ ਭਾਵਨਾ ਦੇ ਨਾਲ ਜਪੇਗਾ, ਫਿਰ ਸੁਰਤ ਜੁੜੇਗੀ, ਧਿਆਨ ਜੁੜੇਗਾ, ਇਹ ਅੰਤਰ ਹੋਇਆ ਕਰਦਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ, ਰੱਬ ਦੇ ਪਿਆਰੇ ਪੁਰਾਤਨ ਰਿਸ਼ੀ ਮੁਨੀ ਸਾਧੂ ਸੰਤ ਸਿੱਧ ਜਿਹੜੇ ਹਨ, ਉਹ ਭਾਵਨਾ ਕਰਕੇ ਪ੍ਰਭੂ ਦੀ ਬੰਦਗੀ ਕਰਦੇ ਹਨ। ਅਪਰੰਪਰੋ ਪਾਰ ਬ੍ਰਹਮ ਸੁਵਾਮੀ ਹਰ ਅਲਖ ਗੁਰੂ ਲਖਾਇਓ। ਵਾਹਿਗੁਰੂ ਪਰਮੇਸ਼ਰ ਜੋ ਪਰੇ ਤੋਂ ਪਰੇ ਹੈ, ਸੁਆਮੀ ਸਾਰਿਆਂ ਦਾ ਮਾਲਕ ਹੈ, ਔਰ ਕਹਿੰਦੇ ਉਹ ਜੋ ਪਾਰ ਹੈ ਬ੍ਰਹਮ ਸਰੂਪ, ਅਗਲੇ ਪਾਸੇ ਹੈ, ਰੂਹਾਨੀਅਤ ਦੇ ਦਰ ਦੇ ਉੱਪਰ ਹੈ, ਐਸਾ ਜੋ ਵਾਹਿਗੁਰੂ ਪਰਮੇਸ਼ਰ ਹੈ, ਉਸ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਸਮਝਾਉਂਦੇ ਹਨ, ਜੋ ਅਲਾਖਿਆਂ ਨੂੰ ਗੁਰੂ ਨੇ ਲਿਖਾ ਦਿੱਤਾ। ਮਨੁੱਖ ਦੇ ਕੀਤਿਆਂ ਕੁਝ ਨਹੀਂ ਹੁੰਦਾ ਹੈ ਜਿੰਨਾ ਚਿਰ ਤੱਕ ਗੁਰੂ ਦੀ ਮਿਹਰ ਨਾ ਹੋਵੇ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਹੀ ਅਲੱਖ ਨੂੰ ਲਿਖਾ ਸਕਦਾ ਹੈ, ਗੁਰੂ ਵਾਲਾ ਬਣਨਾ ਬੜਾ ਜ਼ਰੂਰੀ ਹੈ। ਜਿੰਨੇ ਵੀ ਸਾਧੂ ਸੰਤ ਸਿੱਧ ਸਾਧਕ ਰਿਸ਼ੀ ਮੁਨੀ ਮਹਾਤਮਾ ਜਿਤਨੇ ਵੀ ਹੋਏ ਹਨ, ਜਿਹਨੂੰ ਵੀ ਅੱਜ ਤੱਕ ਪ੍ਰਾਪਤੀ ਹੋਈ ਹੈ, ਗੁਰੂ ਵਾਲਾ ਬਣ ਕੇ ਹੀ ਹੋਈ ਹੈ। ਇਸ ਕਰਕੇ ਕਹਿੰਦੇ ਸਾਰਿਆਂ ਨੇ ਗੁਰੂ ਧਾਰਨ ਕੀਤਾ ਤਾਂ ਉਹਨਾਂ ਨੂੰ ਪ੍ਰਾਪਤੀ ਹੋਈ। ਰਹਾਓ ਵਿਸ਼ਰਾਮ ਦੇ ਕਰਕੇ ਉਪਦੇਸ਼ ਕਰਦੇ ਹਨ। ਹਮ ਨੀਚ ਮੱਧਮ ਕਰਮ ਕੀਏ ਨਹੀਂ ਚੇਤਿਓ ਹਰ ਰਾਇਓ। ਵਾਹਿਗੁਰੂ ਜੀ, ਅਸੀਂ ਨੀਚ ਹਾਂ, ਹੌਲੇ ਮੇਲ ਦੇ ਕਰਮ ਕਰਦੇ ਰਹਿੰਦੇ ਹਨ, ਤੁਹਾਡੀ ਬੰਦਗੀ ਤੁਹਾਡਾ ਸਿਮਰਨ ਨਹੀਂ ਕਰਦੇ ਹਾਂ ਜੀ। ਹਰ ਆਨ ਮੇਲਿਓ ਸਤਿਗੁਰੂ ਗੁਰੂ ਖਿਨ ਬੰਦ ਮੁਕਤ ਕਰਾਇਓ। ਸਤਿਗੁਰੂ ਆਪ ਹੀ ਕਿਰਪਾ ਕਰਕੇ ਆ ਕੇ ਪ੍ਰਭੂ ਦੇ ਨਾਲ ਮਿਲਾ ਦਿੰਦਾ ਹੈ, ਮਿਲਾਪ ਕਰਵਾ ਦਿੰਦਾ ਹੈ। ਪ੍ਰਭ ਮਸਤਕੇ ਧੁਰ ਲਿਖਿਆ ਗੁਰਮਤੀ ਹਰ ਲਿਵ ਲਾਇਓ। ਸਾਰੇ ਬੰਧਨਾਂ ਨੂੰ ਸਤਿਗੁਰੂ ਜੀ ਕੱਟ ਦਿੰਦੇ ਹਨ, ਜਦ ਪ੍ਰਭੂ ਕਿਸੇ ਦੇ ਮਸਤਕ ਦੇ ਉੱਪਰ ਗੁਰੂ ਦੇ ਮਿਲਾਪ ਦਾ ਭਾਗ ਲਿਖ ਦਿੰਦੇ ਹਨ। ਬਿਨਾਂ ਭਾਗਾਂ ਤੋਂ ਗੁਰੂ ਵਾਲਾ ਵੀ ਕੋਈ ਨਹੀਂ ਬਣ ਪਾਉਂਦਾ ਹੈ। ਔਰ ਕਹਿੰਦੇ ਫਿਰ ਗੁਰੂ ਵਾਲਾ ਬਣ ਕੇ ਗੁਰੂ ਦੀ ਮਤ ਨੂੰ ਧਾਰਨ ਕਰਕੇ, ਗੁਰੂ ਦੇ ਉਪਦੇਸ਼ ਨੂੰ ਕਮਾ ਕੇ, ਆਪਣੀ ਲਿਵ ਨੂੰ ਪ੍ਰਭੂ ਦੇ ਚਰਨਾਂ ਦੇ ਨਾਲ ਜੋੜ ਦਿੰਦਾ ਹੈ। ਪੰਚ ਸ਼ਬਦ ਦਰ ਕਹਿ ਬਾਜਿਆ ਹਰ ਮਿਲਿਓ ਮੰਗਲ ਗਾਇਓ। ਉਹ ਜੋ ਪੰਜ ਪ੍ਰਕਾਰ ਦੇ ਸ਼ਬਦ ਪ੍ਰਭੂ ਦੀ ਦਰ ਦੇ ਉੱਪਰ ਹਮੇਸ਼ਾ ਵੱਜਦੇ ਰਹਿੰਦੇ ਹਨ ਅਤੇ ਸਾਰੇ ਬ੍ਰਹਿਮੰਡ ਦੇ ਵਿੱਚ ਹਰ ਸਮੇਂ ਵਿਆਪਕ ਰਹਿੰਦੇ ਹਨ, ਐਸੇ ਦਰ ਦੇ ਉੱਪਰ ਰੱਬ ਦੇ ਪਿਆਰੇ ਪਹੁੰਚ ਜਾਂਦੇ ਹਨ, ਉਹਨਾਂ ਨੂੰ ਫਿਰ ਉਹ ਸੁਣਾਈ ਦੇਣ ਲੱਗ ਪੈਂਦੇ ਹਨ।
ਮਨ ਯੋਗ ਮਸਕੀਨ ਸਾਹਿਬ ਜੀ ਕਿਹਾ ਕਰਦੇ ਸਨ ਵੀ ਕਈ ਲੋਕ ਕਹਿੰਦੇ ਹਨ ਵੀ ਸਿੱਖਾਂ ਨੂੰ ਪੰਜਾਂ ਸ਼ਬਦਾਂ ਦਾ ਕੋਈ ਗਿਆਨ ਨਹੀਂ, ਪਰ ਕਹਿੰਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹਰ ਦੂਜਾ ਤੀਜਾ ਸ਼ਬਦ ਪੰਜਾਂ ਸ਼ਬਦਾਂ ਦੀ ਗੱਲ ਕਰਦਾ ਹੈ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ। ਵਿਦਵਾਨਾਂ ਨੇ ਇਹਨੂੰ ਇਸ ਤਰ੍ਹਾਂ ਦੇ ਨਾਲ ਵੰਡਿਆ ਹੈ, ਤਤ ਤਾਤੀ ਬਿਤ ਚਰਮ ਕਾ ਘਨ ਕਾਂਸੀ ਕਾ ਜਾਨ, ਨਾਦ ਸ਼ਬਦ ਘਟ ਕੋ ਕਹੈ ਸੁਖਰ ਸਵਾਸ ਪਹਿਚਾਨ। ਕੀਰਤਨ ਰੂਪ ਦੇ ਵਿੱਚ ਕਹਿੰਦੇ ਉਹ ਜੋ ਸ਼ਬਦ ਹਨ ਰੱਬ ਦੇ ਪਿਆਰਿਆਂ ਨੂੰ ਸੁਣਾਈ ਦਿੰਦੇ ਹਨ, ਜੋ ਪ੍ਰਭੂ ਦੀ ਦਰਗਾਹ ਦੇ ਵਿੱਚ ਹਮੇਸ਼ਾ ਵੱਜਦੇ ਰਹਿੰਦੇ ਹਨ। ਪਤਤ ਪਾਵਨ ਨਾਮ ਨਰ ਹਰ ਮੰਦ ਭਾਗੀਆਂ ਨਹੀਂ ਪਾਇਓ। ਪ੍ਰਭੂ ਦਾ ਨਾਮ ਪਤਤਾਂ ਨੂੰ ਪਾਵਨ ਕਰਨ ਵਾਲਾ ਹੈ। ਜਿੰਨਾ ਮਰਜ਼ੀ ਕੋਈ ਮਾੜਾ ਵਿਅਕਤੀ ਹੋਵੇ ਆਪਣੇ ਔਗਣਾਂ ਨੂੰ ਬਹੁਤਾ ਪ੍ਰੈਫਰੈਂਸ ਦੇਣ ਦੀ ਲੋੜ ਨਹੀਂ ਹੈ, ਬਹੁਤਾ ਉਹਨਾਂ ਨੂੰ ਹਾਈਲਾਈਟ ਕਰਨ ਦੀ ਜ਼ਰੂਰਤ ਨਹੀਂ ਹੋਇਆ ਕਰਦੀ ਮੇਰੇ ਵਿੱਚ ਉਹ ਔਗਣ ਹਨ ਉਹ ਔਗਣ ਹਨ। ਕੱਪੜਾ ਮੈਲਾ ਹੋਵੇਗਾ ਤਾਂ ਹੀ ਸਾਬਣ ਦੇ ਨਾਲ ਧੋਵੇਗਾ ਨਾ, ਜੇ ਮੈਲਾ ਹੀ ਨਹੀਂ ਫਿਰ ਸਾਬਣ ਦੀ ਕੀ ਲੋੜ ਹੈ। ਮਨੁੱਖ ਦਾ ਮਨ ਜਿੰਨਾ ਮਰਜ਼ੀ ਮੈਲਾ ਹੈ ਜਿੰਨਾ ਮਰਜ਼ੀ ਮਾੜਾ ਹੈ, ਜਿੰਨੇ ਵੀ ਸਿਮਰਨ ਕੀਤਾ ਨਿਰਮਲ ਹੋ ਜਾਂਦਾ ਹੈ, ਸਾਫ਼ ਹੋ ਜਾਂਦਾ ਹੈ। ਪ੍ਰਭੂ ਦੇ ਨਾਮ ਦੇ ਵਿੱਚ ਐਸੀ ਸ਼ਕਤੀ ਹੈ, ਗਨਕਾ ਵਰਗੀ ਤਰ ਗਈ, ਜਾਮਲ ਵਰਗੇ ਤਰ ਗਏ, ਵੱਡੇ ਵੱਡੇ ਪਾਪੀ ਤਰ ਗਏ। ਜਿਹੜਾ ਵੀ ਨਾਮ ਜਪੇਗਾ, ਪਰਮੇਸ਼ਰ ਦਾ ਨਾਮ ਪਤਤਾ ਨੂੰ ਪਾਵਨ ਕਰਨ ਵਾਲਾ ਹੈ, ਨਿਰਮਲ ਕਰਨ ਵਾਲਾ ਹੈ, ਭਰੋਸੇ ਦੇ ਨਾਲ ਜਪੇ। ਭਾਈ ਵੀਰ ਸਿੰਘ ਜੀ ਨੇ ਗੁਰਮੁਖ ਸਿੱਖਿਆ ਦੇ ਵਿੱਚ ਬਚਨ ਲਿਖੇ ਹਨ, ਕਹਿੰਦੇ ਗੰਦਗੀ ਜੇਕਰ ਸਾਡੀ ਦ੍ਰਿਸ਼ਟੀ ਦੇ ਵਿੱਚ ਪੈ ਜਾਵੇ ਉਹਦਾ ਵਾਰ ਵਾਰ ਖਿਆਲ ਕਰਨ ਦੀ ਲੋੜ ਨਹੀਂ ਹੋਇਆ ਕਰਦੀ, ਉਹਦਾ ਖਿਆਲ ਕੱਢ ਦਈਦਾ ਹੈ ਮਨ ਵਿੱਚੋਂ, ਉਹਨੂੰ ਕਿਉਂ ਚੇਤੇ ਕਰਨਾ ਹੈ। ਜੇ ਮਨ ਦੇ ਵਿੱਚ ਕਿਧਰੇ ਕੋਈ ਬੁਰੇ ਖਿਆਲ ਹਨ ਆਪਣੇ ਆਪ ਦੱਬ ਜਾਣਗੇ, ਜਦ ਭਜਨ ਕਰਾਂਗੇ ਸਿਮਰਨ ਕਰਾਂਗੇ ਥੱਲੇ ਰਹਿ ਜਾਣਗੇ। ਪ੍ਰਭੂ ਦਾ ਨਾਮ ਪਤਤਾਂ ਨੂੰ ਪਾਵਨ ਕਰਨ ਵਾਲਾ ਹੈ, ਨਿਰਮਲ ਕਰਨ ਵਾਲਾ ਹੈ। ਤੇ ਗਰਭ ਜੋਨੀ ਗਾਲੀ ਹੈ ਜਿਉ ਲੋਨ ਜਲਹੇ ਗਲਾਇਓ। ਪਰ ਕਹਿੰਦੇ ਜਿਹਦੇ ਮੰਦੇ ਭਾਗ ਹੁੰਦੇ ਹਨ ਉਹਨਾਂ ਨੂੰ ਫਿਰ ਐਸਾ ਪ੍ਰਭੂ ਦਾ ਨਾਮ ਚੰਗਾ ਨਹੀਂ ਲੱਗਦਾ ਹੈ। ਗੱਲਾਂ ਭਾਵੇਂ ਦਸ ਦਸ ਘੰਟੇ ਕਰਦੇ ਰਹਿਣ, ਭਜਨ ਕਰਨਾ ਪੰਜ ਮਿੰਟ ਵਾਸਤੇ ਵੀ ਔਖਾ ਹੋ ਜਾਂਦਾ ਹੈ। ਕੀਰਤਨ ਸੁਣਨਾ 10 ਮਿੰਟ ਵੀ ਔਖਾ ਹੁੰਦਾ ਹੈ, ਗੁਰਬਾਣੀ ਸੁਣਨੀ ਪੜ੍ਹਨੀ ਔਖੀ ਹੋ ਜਾਂਦੀ ਹੈ। ਬਾਬੇ ਕਿਹੜੇ ਵੇਲੇ ਭੋਗ ਪਾਉਣ ਆਪਾਂ ਜਾਈਏ, ਉਡੀਕਦੇ ਰਹਿੰਦੇ ਹਾਂ ਸਾਡੇ ਵਰਗੇ। ਸੋ ਸਾਧ ਸੰਗਤ ਜੀ ਉਹ ਚੰਗਾ ਨਹੀਂ ਲੱਗਦਾ ਹੈ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਐਸੇ ਜੀਵ ਜਿਹੜੇ ਹਨ ਜਿਵੇਂ ਪਾਣੀ ਦੇ ਵਿੱਚ ਲੂਣ ਗਲ ਜਾਂਦਾ ਹੈ, ਅਨੇਕ ਪ੍ਰਕਾਰ ਦੀਆਂ ਜੂਨੀਆਂ ਦੇ ਵਿੱਚ ਪੈ ਕੇ ਉਹ ਗਲਦੇ ਰਹਿੰਦੇ ਹਨ। ਮਤ ਦੇ ਹਰ ਪ੍ਰਭ ਅਗਮ ਠਾਕੁਰ ਗੁਰ ਚਰਨ ਮਨ ਮੈਂ ਲਾਇਓ। ਹੇ ਠਾਕੁਰ ਮਾਲਕ ਵਾਹਿਗੁਰੂ ਪਰਮੇਸ਼ਰ ਜੀ, ਸਾਨੂੰ ਐਸੀ ਸਮਤ ਬਖਸ਼ਿਸ਼ ਕਰੋ ਸਾਡਾ ਮਨ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਵੇ। ਹਰ ਰਾਮ ਨਾਮੈ ਰਹੋ ਲਾਗੋ ਜਨ ਨਾਨਕ ਨਾਮ ਸਮਾਇਓ। ਐਸੀ ਸਾਡੇ ਉੱਪਰ ਰਹਿਮਤ ਕਰੋ, ਕਿਰਪਾ ਕਰੋ, ਰਾਮ ਨਾਮ ਦੇ ਵਿੱਚ ਲੱਗੇ ਰਹੀਏ। ਔਰ ਕਹਿੰਦੇ ਲੱਗੇ ਰਿਹਾ ਇੱਕ ਦਿਨ ਫਿਰ ਨਾਮ ਦੇ ਵਿੱਚ ਅਸੀਂ ਸਮਾ ਜਾਈਏ, ਲੀਨ ਹੋ ਜਾਈਏ। ਜਿਹੜੇ ਲੱਗੇ ਰਹਿਣਗੇ ਇੱਕ ਦਿਨ ਜ਼ਰੂਰ ਸਮਾ ਜਾਣਗੇ, ਲੀਨ ਹੋ ਜਾਣਗੇ, ਮਹਾਨ ਬਖਸ਼ਿਸ਼ਾਂ ਜੀਵਨ ਦੇ ਵਿੱਚ ਆ ਜਾਣਗੀਆਂ। ਜਿਹੜੇ ਆਖਣਗੇ ਰਸ ਤਾਂ ਆ ਨਹੀਂ ਰਿਹਾ,
ਧਿਆਨ ਤਾਂ ਜੁੜ ਨਹੀਂ ਰਿਹਾ, ਕਾਹਦੇ ਵਾਸਤੇ ਬਾਣੀ ਪੜ੍ਹਨੀ ਹੈ, ਕਾਹਦੇ ਵਾਸਤੇ ਸਿਮਰਨ ਕਰਨਾ ਹੈ, ਉਹ ਸਦਾ ਵਾਸਤੇ ਘੁਸ ਜਾਣਗੇ। ਫਿਰ ਪਤਾ ਨਹੀਂ ਕਦੋਂ ਮਨੁੱਖਾ ਜੀਵਨ ਦੀ ਵਾਰੀ ਆਉਣੀ ਹੈ। ਭਾਈ ਵੀਰ ਸਿੰਘ ਜੀ ਦੇ ਬਚਨ ਹਨ, ਲੱਗਾ ਰਹੋ ਮਨ ਲੱਗਾ ਰਹੋ, ਮੇਰਾ ਮੀਂ ਵਸਾਵਣ ਵਾਲਾ ਆਪੇ ਉੱਠਸੀ ਮੇਰਾ ਸ਼ੋ। ਹੇ ਪ੍ਰਭੂ, ਸਾਡੇ ਦੇ ਉੱਪਰ ਦਇਆ ਕਰ, ਰਹਿਮਤ ਕਰ, ਅਸੀਂ ਤੇਰੇ ਨਾਮ ਦੇ ਵਿੱਚ ਲੱਗੇ ਰਹੀਏ, ਅਤੇ ਜੇ ਲੱਗੇ ਰਵਾਂਗੇ ਇੱਕ ਦਿਨ ਲੀਨ ਹੋ ਜਾਵਾਂਗੇ, ਇੱਕ ਦਿਨ ਸਮਾ ਜਾਵਾਂਗੇ। ਸਤਿਗੁਰੂ ਜੀ ਸਾਡੇ ਸਾਰਿਆਂ ਦੇ ਉੱਪਰ ਮਿਹਰਾਮਤ ਕਰਨ, ਸਾਨੂੰ ਆਪਣੇ ਦਰੋਂ ਘਰੋਂ ਐਸੀ ਭਗਤੀ ਦੀ ਦਾਤ ਦੇਣ। ਭਾਈ ਨੰਦ ਲਾਲ ਜੀ ਦੇ ਬਚਨ ਹਨ, ਇਹ ਜੀਵਨ ਦੀ ਅਸਲੀ ਦੌਲਤ ਹੈ, ਦੌਲਤ ਜਾਵੇਦ ਬਾਂਸ਼ਦ ਬੰਦਗੀ, ਬੰਦਗੀ ਕੁੰਨ ਬੰਦਗੀ ਕੁੰਨ ਬੰਦਗੀ। ਸਮੂਹ ਸੰਗਤਾਂ ਦਾ, ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ। ਸਾਬਤ ਸੂਰਤ ਹੋਈਏ, ਨਸ਼ਿਆਂ ਦਾ ਤਿਆਗ ਕਰੀਏ, ਅੰਮ੍ਰਿਤ ਛਕੀਏ, ਸਿੰਘ ਸਜੀਏ, ਨਾਮ ਬਾਣੀ ਦੇ ਨਾਲ ਜੁੜੀਏ, ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ ਜੀ। ਮਤ ਦੇਹ ਹਰ ਪ੍ਰਭ ਅਗਮ ਠਾਕੁਰ, ਗੁਰ ਚਰਨ ਮਨ ਮੈਂ ਲਾਇਓ, ਹਰ ਰਾਮ ਨਾਮੈ ਰਹੋ ਲਾਗੋ, ਜਨ ਨਾਨਕ ਨਾਮ ਸਮਾਇਓ।